ਰੀਤ ਹਾਂਜੀ ਮੈਂ ਮਾੜਾ ਕੰਮ ਜਾ ਕੇ ਆਉਣਾ ਪਹਿਲਾਂ ਮੇਰੀ ਗੱਲ ਸੁਣ ਕੇ ਜਾਇਓ ਹਾਂ ਦੱਸ ਮੈਂ ਨਾ ਐਵੇਂ ਕਹਿੰਦੀ ਸੀ ਮੈਨੂੰ ਥੋੜੇ ਪੈਸੇ ਦੇ ਦਿਓ ਦੇਖ ਰੀਤ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਤੈਨੂੰ ਪਹਿਲੇ ਹੀ ਨਾ ਜਵਾਬ ਦਿੰਦਾ ਮੈਂ ਜੇ ਮੇਰੇ ਕੋਲ ਹੈ ਹੀ ਨਹੀਂ ਨਾ ਤਾਂ ਹੀ ਜਵਾਬ ਦਿੱਤਾ ਮੇਰੀ ਮਜਬੂਰੀ ਸਮਝ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਨਾ ਸਾਰੇ ਘਰ ਦਾ ਰਾਸ਼ਨ ਮੁੱਕਿਆ ਪਿਆ ਇੱਕ ਵੀ ਘਰ ਚ ਦਾਲ ਨਹੀਂ ਆਟਾ ਵੀ ਅੱਜ ਅੱਜ ਦਾ ਹੀ ਆ ਹੁਣ ਫਿਰ ਕਿਵੇਂ ਕਰੀਏ ਉਹ ਦੋਧੀ ਵੀ ਆਇਆ ਦੁੱਧ ਪਵਾਲਾ ਚੱਲ ਮੈਂ ਕਰਦਾ ਹੱਲ ਕੋਈ ਮੈਂ ਜਾ ਕੇ ਆਉਣਾ ਕਿਸੇ ਪਾਸੇ ਚਲੋ ਠੀਕ ਹੈ ਮੈਂ ਹੱਥ ਧੋ ਕੇ ਜਾਂਦੀ ਹਾਂ ਔਰ ਮੇਰੀ ਮਜਬੂਰੀ ਆ ਆ ਜਾਓ ਭਾਈ ਆ ਜਾ ਭਾਬੀ ਆ ਜਾ ਇੰਨਾ ਟਾਈਮ ਮੈਂ ਹਾਕਾ ਮਾਰੀ ਜਾਣਾ ਖੜਾ ਨਾਲੇ ਭਾਬੀ ਹਾਏ ਮੂੰਹ ਕਿਉਂ ਕੀਤਾ ਗਾ ਕੀ ਗੱਲ ਆ ਕੋਈ ਟੈਨਸ਼ਨ ਹੈਗੀ ਲੇਕਿਨ ਟੈਨਸ਼ਨ ਤਾਂ ਹੈਗੀ ਵੀ ਆ ਤੇ ਤੈਨੂੰ ਦੱਸਾਂ ਵੀ ਕੀ ਤੂੰ ਮੈਨੂੰ ਐਂ ਦੱਸ ਤੇ ਕੋ 1000 ਰੁਪਇਆ ਹੈਗਾ ਉਹ ਲੈ ਭਾਬੀ ਪੈਸਿਆਂ ਦੀ ਕੀ ਗੱਲ ਆ ਪੈਸੇ ਤਾਂ ਲੈ ਲਾ ਬੋਲ ਕਿੰਨੇ ਚਾਹੀਦੇ ਆ ਦੱਸ ਕਿੰਨੇ ਦੇਵਾਂ ਬਸ 1000 ਹੀ ਦੇ ਦੇ ਬਈ ਅੱਜ ਹੀ ਪੇਮੈਂਟ ਫੜ ਕੇ ਲਿਆ ਸੀਗਾ ਗੋਸ਼ੇ ਤੋਂ ਪੈਸੇ ਦਿੰਦੇ ਹੁੰਦੇ ਇਹ ਲਈ ਜਾਂਦੀ ਹੈ ਵੀਡੀਓ ਬਣਾਉਣੀ ਹੈ ਹੋਰ ਦੀ ਲੋੜ ਹੈਗੀ ਹੈ ਤਾਂ ਭਾਬੀ ਦੱਸ ਦੇ ਚੱਲ ਚੰਗਾ ਵੀ ਬਹੁਤ ਧੰਨਵਾਦ ਤੇਰਾ ਤੇ ਅਗਲੇ ਮਹੀਨੇ ਨਾਲੇ ਤੇਰੇ ਦੁੱਧ ਵਾਲੇ ਪੈਸੇ ਦੇ ਦਾਂਗੇ ਨਾਲੇ ਇਹ ਵੀ ਮੋੜ ਦੇ ਕੋਈ ਨਾ ਪੈਸਿਆਂ ਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਪੱਕੇ ਗਾਹਕ ਹੋ ਦੁੱਧ ਵਾਲੇ ਨਾਲੇ ਤੁਹਾਡੇ ਪੈਸੇ ਕਿੱਧਰ ਜਾਂਦੇ ਨੇ ਪਹਿਲਾਂ ਵੀ ਆਪਣਾ ਅੰਦਾਰ ਸਦਾਰ ਚੱਲਦਾ ਹੀ ਹੈ ਹਾਂ ਉਹ ਤਾਂ ਹੈਗਾ ਚੱਲ ਠੀਕ ਹੈ ਮੈਂ ਚੱਲਦਾ ਭਾਬੀ ਸੀਤੇ ਕੀ ਨਾ ਮੱਝ ਮਰ ਗਈ ਉਹਨਾਂ ਦੇ ਵੀ 3 ਕਿਲੋ ਦੁੱਧ ਮੈਨੂੰ ਹੁਣ ਦੇਣਾ ਪਿਆ ਕਰੂਗਾ ਉਹਨਾਂ ਵਿਚਾਰਿਆਂ ਦਾ ਵੀ ਮਾੜਾ ਹੋਇਆ ਹੋਰ ਮਾੜਾ ਤਾਂ ਹੋਇਆ ਹੀ ਆ ਬੱਚਾ ਕਿਹੜਾ ਸਸਤੀਆਂ ਆਉਂਦੀਆਂ ਸਹੀ ਗੱਲ ਤੇ ਚੰਨੀ ਕਿਵੇਂ ਰਹਿੰਦਾ ਠੀਕ ਰਹਿੰਦਾ ਹਾਂ ਬਸ ਠੀਕ ਹੈ ਵਿਚਾਰਾ ਆ ਥੋੜੀ ਜਿਹੀ ਟੈਨਸ਼ਨ ਜੀ ਜ਼ਿਆਦੀ ਲੈਂਦਾ ਏ ਤੈਨੂੰ ਪਤਾ ਤਾਂ ਹੈਗਾ ਆਈ ਆ ਚੱਲ ਚੱਲੇ ਤਾਂ ਚੱਲੀ ਜਾਂਦਾ ਚੱਲ ਠੀਕ ਆ ਭਾਬੀ ਕੋਈ ਨਾ ਟੈਨਸ਼ਨ ਨਾ ਲਿਆਗਾ ਟੈਨਸ਼ਨ ਨਾ ਕੁਝ ਨਹੀਂ ਬਣਦਾ ਮੈਂ ਚੱਲਦਾ ਚੰਗਾ ਚੰਗਾ ਆ ਲੈ ਹੁਣ ਆਵੇਂਗੀ ਨਾ ਠੀਕ ਇਹਦੇ ਘਰ ਦਾ ਤਾਂ ਪਹਿਲੇ ਬਿਜ਼ਨਸ ਬੰਦ ਕਰਤਾ ਤੇ ਹੁਣ ਇਹ ਰਹਿ ਗਈ ਹੈਗੀ ਇਹਦੇ ਘਰ ਦਾ ਬਾਲਾ ਨਾਸਾਨੀਆਂ ਚੱਕਦਾ ਨਾ ਮੇਰੀ ਘਰ ਦੀ ਤਾਂ ਬਾਲੀ ਸਹੀ ਆ ਹੁਣ ਕਰੂੰ ਵੀਡੀਓ ਵਾਇਰਲ ਮੈਂ ਹੁਣ ਪਤਾ ਲੱਗੂਗਾ ਨਾ ਆਪਣੀ ਜਨਾਨੀ ਦੇ ਕਾਰਨਾਮੇ ਦੇਖੂਗਾ ਵੀ ਪਤਾ ਨਹੀਂ ਕਿਹਦੇ ਨਾਲ ਸੈਟਿੰਗਾਂ ਕਰੀ ਫਿਰਦੀ ਆ ਨਾ ਬਦਨਾਮ ਕੀਤਾ ਨਾ ਮੇਰਾ ਨਾ ਵੀ ਕੰਮੋ ਨਹੀਂ ਹੈਗਾ ਮਾਰਦੀ ਆ ਗੱਲਾਂ ਹਾਏ ਕੀ ਕਰਦੇ ਹੋ ਕੁਛ ਨਹੀਂ ਗੇਮ ਜੀ ਖੇਡੀ ਜਾਂਦਾ ਸੀ ਫੋਨ ਤੇ ਦੇਖੀ ਜਾਂਦਾ ਸੀ ਹਾਏ ਹਾਏ ਅੱਜ ਤਾਂ ਨਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਗਰਮੀ ਨਹੀਂ ਲੱਗੀ ਹੈਗੀ ਕਿਉਂ ਕੀ ਹੋ ਗਿਆ ਇਹੋ ਜਿਹਾ ਬੜੀ ਖੁਸ਼ ਹੋਈ ਬੈਠੀ ਆ ਲੋ ਖੁਸ਼ ਹੋਵਾਂ ਨਾ ਜੇ ਤੁਹਾਨੂੰ ਦੱਸਦਾ ਤੇ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿਣਾ ਮੇਰੀ ਖੁਸ਼ੀ ਦਾ ਟਿਕਾਣਾ ਉਹ ਗੱਲ ਦੱਸ ਕੀ ਹੋਈ ਆ ਖੁੱਲ ਕੇ ਦੇਖ ਚੰਨੀ ਦਾ ਆਪਾਂ ਪਹਿਲੇ ਹੀ ਕੰਮ ਦੇ ਪਾਸੇ ਨੂੰ ਕੰਮਾਂ ਕਰਦਾ ਹਨਾ ਵੀ ਘਰੇ ਬੈਠਾ ਗਾ ਨਾ ਹੁਣ ਤਾਂ ਉਹਨੂੰ ਕੋਈ ਦਿਹਾੜੀ ਜੋਤੇ ਵੀ ਨਹੀਂ ਲੈ ਜਾਂਦਾ ਹੈਗਾ
ਕਾਰੋਬਾਰ ਜਮਾ ਉਹਦਾ ਕਰਤਾ ਪਰ ਠੱਪ ਤੇ ਜਨਾਨੀ ਰਹਿ ਗਈ ਸੀ ਉਹਦੀ ਕੱਲੀ ਤੇ ਉਹਦਾ ਵੀ ਮੈਂ ਹੱਲ ਕਰ ਲਈ ਅੱਜ। ਹੱਲ? ਕੀ ਹੱਲ ਕਰ ਲਈ? ਧਿਆਨ ਨਾ ਦੇਖੀ ਇਹ ਵੀਡੀਓ ਚ ਹੈ ਵੀ ਕੀ ਆ, ਏਜ ਕੀ ਆ, ਦੁੱਧ ਹੀ ਦੁੱਧ ਪਾਈ ਜਾਂਦਾ ਗਾ, ਹੋਰ ਏਡੀ ਖਾਸ ਤਾਂ ਗੱਲ ਹੈ ਨੀ ਕੋਈ ਇਹ ਚ। ਓਕੇ ਖਾਸ ਗੱਲ ਧਿਆਨ ਨਾਲ ਦੇਖ ਫਿਰ ਪਤਾ ਲੱਗੂਗਾ ਕੀ ਗੱਲ ਆ ਖਾਸ ਇਹ ਚ। ਮੈਨੂੰ ਤਾਂ ਕੋਈ ਸਮਝ ਆਈ ਨੀ ਕੀ ਖਾਸ ਆ ਇਹਦੇ ਚ, ਹਰੇਕ ਹੀ ਦੁੱਧ ਪਵਾਉਂਦਾ ਗਾ। ਖਾਸ ਇਹ ਆ ਨਾਲੇ ਤਾਂ ਦੇਖ ਦੁਬਾਰੇ ਸਟਾਰਟ ਕਰ ਦੇਖ, ਦੋਧੀ ਨੇ ਦੁੱਧ ਪਾਇਆ। ਹਾਂ ਦੁੱਧ ਪਾਤਾ ਦੋਧੀ ਨੇ। ਹੁਣ ਦੇਖਦੇ ਹੁਣ ਉਹਨੂੰ ਪੈਸੇ ਦਿੱਤੇ ਆ ਤੇ ਲੋਕ ਦੁੱਧ ਦੇ ਪੈਸੇ ਦਿੰਦੇ ਹੁੰਦੇ ਆ ਕਿ ਲੈਂਦੇ ਹੁੰਦੇ ਆ, ਇੱਧਰ ਦੇਖ ਨਾਲੇ ਦੋ ਦੋ ਨਾਲੇ ਚੋਪੜੀਆਂ ਨਜ਼ਾਰੇ ਤਾਂ ਲੱਕੀ ਦੇ ਆ। ਹਾਂ ਇਹ ਤਾਂ ਗੱਲ ਹੈਗੀ ਆ, ਗੱਲ ਸੁਣ ਲਾ ਸੱਚ ਕਿਹਾ ਸਾਣਿਆਂ ਨੇ, 365 ਚਰਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ। ਸਹੀ ਗੱਲ ਹੈ, ਇਹ ਗੱਲ ਸੁਣ ਖਾਦੀ ਖੜੀ ਇਹਦਾ ਹੰਕਾਰ ਜਾ ਨਾ ਜਿਹੜਾ ਇਹਦੀ ਧੌਣ ਚ ਕਿੱਲਾ ਹੈਗਾ ਵੀ ਮੇਰੀ ਜਨਾਨੀ ਪ੍ਰਾਈ ਮਰਦ ਵੱਲ ਵੇਖਦੀ ਨੀ, ਹੁਣ ਆਹ ਵੀਡੀਓ ਸਰਪੰਚ ਨੂੰ ਦਿਖਾਉਣੀ ਆ, ਇਹਨੂੰ ਮਿੱਟੀ ਚ ਰੋਲਣਾ ਵੱਡੇ ਅਣਖੀ ਨੂੰ। ਕਹਿੰਦਾ ਹੁੰਦਾ ਸੀ ਨਾ ਮੇਰਾ ਬਿਜ਼ਨਸ ਮੇਰਾ ਬਿਜ਼ਨਸ, ਕਿੱਧਰ ਗਿਆ ਬਿਜ਼ਨਸ ਉਹ ਖਾਤੇ, ਹੁਣ ਜਨਾਨੀ ਰਹਿੰਦੀ ਆ ਇਹ ਵੀ ਆਪਾਂ ਭਜਾ ਦਾਂਗੇ। ਬਸ ਮੈਂ ਤਾਂ ਨਾ ਕੁਦਰਤੀ ਗੱਲ ਕਰਨ ਲੱਗ ਗਈ ਸੀ ਰਾਣੂ ਨਾਲ ਬਾਹਰ ਖੜੀ। ਅੱਛਾ ਕੁਦਰਤੀ ਨਿਗਾਹ ਪੈ ਗਈ, ਬਾਬੇ ਨੇ ਆਪ ਹੀ ਇਸ਼ਾਰਾ ਕਰਤਾ ਵੀ ਲੈ ਹੁਣ ਤੇਰੀਆਂ ਪੰਜੇ ਕਿਹੋ ਚ ਨੇਗੀਆਂ। ਬਸ ਸੱਪ ਮਰ ਜੂ ਨਾਲੇ ਸੋਟਾ ਲੈ। ਹਾਂ ਲੈ ਇਹ ਤਾਂ ਆ ਗਏ ਡਿੱਕੇ, ਹੁਣ ਇਹ ਤਾਂ ਡਿੱਕੇ ਸੀਗਾ ਹੀ ਸੀਗਾ, ਇਹਦੇ ਘਰ ਵਾਲੀ ਵੀ ਡਿੱਕੇ ਲਿਆਂਦੀ ਤੂੰ, ਸਾਵਾ ਸੇ ਸਾਵਾ ਸੇ ਸਾਵਾ ਸੇ ਬੇਫਿਕਰ ਹੋ ਜਾ, ਮੈਨੂੰ ਨਾ ਚੰਗੀ ਨੀ ਲੱਗਦੀ, ਪਹਿਲਾਂ ਦੇਖ ਜਦੋਂ ਬਿਜ਼ਨਸ ਕਰਦੇ ਸੀ ਇੱਥੇ ਨਿੱਤਾ ਕੇ ਹਵਾ ਕਰਿਆ ਕਰੇ, ਅਸੀਂ ਆਹ ਲੈ ਲਿਆ ਅਸੀਂ ਆਹ ਲੈ ਲਿਆ ਮੈਂ ਆਹ ਸੂਟ ਲੈ ਲਿਆ, ਮੀਂਹ ਤਾਂ ਮਚਾਇਆ ਕਰੇ ਆਪਣਾ ਬਿਜ਼ਨਸ ਉਹ ਤਾਂ ਡਾਊਨ ਸੀਗਾ ਥੋੜਾ ਜਿਹਾ। ਤੂੰ ਮਹਿੰਦੀ ਜਾ ਹੁਣ ਦੇਖ ਕਰਤੇ ਨਾ ਲੱਖਾਂ ਤੋਂ ਕੱਖ, ਚੱਲ ਹੁਣ ਤਾਂ ਮੈਨੂੰ ਲੱਗਦਾ ਦੁਕਾਨ ਵਾਲਾ ਉਹ ਆ ਕੀ ਇਹਦਾ ਨਾਮ ਉਹ ਸੌਦਾ ਵੀ ਦੇਣੋਂ ਹਟ ਗਿਆ ਬਬਲੀ। ਅੱਛਾ ਚੱਲ ਤੂੰ ਐਂ ਕਰ ਰੋਟੀ ਲਿਆ ਤੇ ਫਿਰ ਮੈਂ ਲਿਆਉਣਾ ਸਰਪੰਚ ਨੂੰ ਬੁਲਾ ਕੇ, ਅੱਜ ਤਾਂ ਹਾਲਾਤ ਉਹਨਾਂ ਦੇ ਇਹ ਜਿਹਾ ਢੋਲੀ ਚੱਟਾ ਵੀ ਨਹੀਂ ਉਹਨਾਂ ਗਲਿਆਂ ਦੇ। ਚੱਲ ਤੂੰ ਉਹ ਤਾਂ ਲਿਆ ਰੋਟੀ ਲਿਆ ਆਪਣੇ ਪਨੀਰ ਬਣਾ ਲਿਆ, ਪਨੀਰ ਤਾਂ ਬਣਾਇਆ ਪਿਆ ਮੇਰੇ ਤੈਨੂੰ ਘੁੱਟ ਚਾਹ ਜੀ ਪੀਣ ਨੂੰ ਜੀ ਜੀ ਕਰਦੇ, ਜਾਂ ਫਿਰ ਘੁੱਟ ਚਾਹ ਲਿਆ ਮੈਂ ਫਿਰ ਸਰਪੰਚ ਨੂੰ ਬਣਾ ਕੇ ਲਿਆਵਾਂ ਬੁਲਾਉਣਾ ਗਾ ਤੇ ਤੂੰ ਉਹ ਕਰ ਲਈ ਪਨੀਰ ਪਨੂਰ ਬਣਾ ਲਈ ਨਾਲੇ ਮੁਰਗਾ ਲਿਆ ਕੇ ਦਿੰਦਾ ਤੜਕਾ ਵਧੀਆ ਜਿਹਾ ਬਣਾ ਲਈ, ਚੰਗਾ ਬਣਾ ਲੂ ਆਪ ਹੀ ਬਣਾ ਲਈ ਮੇਰੇ ਤੋਂ ਨਹੀਂ ਮੱਥਾ ਵੱਜਣਾ ਫਿਰ ਸ਼ਾਮ ਨੂੰ, ਪਨੀਰ ਬਣਾਇਆ ਮੈਂ। ਉਹ ਕੋਈ ਨਾ ਨਾਲੇ ਕੰਮ ਵਾਲੀ ਨੂੰ ਹਾਂ ਕਰਤੀ ਸੀ ਮੈਂ। ਬਸ ਠੀਕ ਆ ਕੋਈ ਨਾ ਲੈ ਵੀ ਚੰਨੀ ਸਿਆ ਤੂੰ ਤਾਂ ਖਤਮ ਸੀਗਾ ਹੀ ਸੀਗਾ, ਤੇਰੇ ਘਰ ਵਾਲੀ ਵੀ ਇਹੋ ਜਿਹੀਆਂ ਕਰਤੂਤਾਂ ਕਰਦੀ ਫਿਰਦੀ ਆ, ਹੁਣ ਮਿੱਤਰਾ ਕਿੱਧਰ ਭੱਜੇਗਾ, ਤੇਰੇ ਤਾਂ ਚਾਰੇ ਰਸਤੇ ਬੰਦ ਹੋ ਗਏ।
ਦੇਖ ਲੈਣਾ ਮੁਸੀਬਤ ਦੇ ਵੇਲੇ ਨਾ ਸਾਰੇ ਭੱਜ ਜਾਂਦੇ ਆ ਤੇ ਸਾਰੇ ਜਵਾਬ ਦੇ ਦਿੰਦੇ ਆ ਤੇ ਖੁਸ਼ੀ ਵੇਲੇ ਸਾਰੇ ਆਇਆ ਹਾਜ਼ਰ ਹੋ ਜਾਂਦੇ ਆ। ਇਹਦਾ ਮਤਲਬ ਕੋਈ ਹੱਲ ਹੋਇਆ ਨੀ ਪੈਸਿਆਂ ਦਾ? ਹੋਇਆ ਨੀ ਹੱਲ ਰੀਤ, ਆਪਣਾ ਇੱਕ ਹੀ ਕੰਮ ਸੀ ਉਹ ਵੀ ਠੱਪ ਹੋ ਗਿਆ। ਚਲੋ ਕੋਈ ਨਾ, ਤੁਸੀਂ ਨਾ ਫਿਕਰ ਨਾ ਕਰੋ, ਰੱਬ ਨਾ ਆਪੇ ਸਾਰਾ ਕੁਛ ਠੀਕ ਕਰ ਦਿੰਦਾ ਹੁੰਦਾ। ਬਸ ਐਂ ਸਮਝ ਲਓ ਆਪਣੇ ਕੋਲ ਵੀ ਕੋਈ ਰੱਬ ਦਾ ਹੀ ਬੰਦਾ ਆ ਗਿਆ ਸੀ। ਰੱਬ ਦਾ ਬੰਦਾ? ਮੈਂ ਗੱਲ ਸਮਝ ਨਹੀਂ ਤੇਰੀ। ਗੱਲ ਕੀ ਆ? ਬਸ ਗੱਲ ਤਾਂ ਇਹ ਆ ਵੀ ਆਪਣੇ ਕੋਲ ਨਾ ਪੈਸਿਆਂ ਦਾ ਹੱਲ ਹੋ ਗਿਆ ਤੇ ਇਸ ਮਹੀਨੇ ਦਾ ਰਾਸ਼ਨ ਮੈਂ ਲੈ ਆਉਂਦਾ ਸਾਰਾ, ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਸੀ। ਇੱਕ ਮਹੀਨਾ ਹੁਣ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਇੱਕ ਮਹੀਨੇ ਤੱਕ ਤੁਸੀਂ ਹੱਲ ਕਰ ਲਿਓ ਪਰ ਠੀਕ ਹੈ। ਕੌਣ ਦੇਗਾ ਜੀ ਪੈਸੇ? ਤੁਸੀਂ ਇਹ ਸਭ ਤੋਂ ਕੀ ਲੈਣਾ? ਤੁਸੀਂ ਨਾ ਬਸ ਹੁਣ ਇੱਕ ਮਹੀਨਾ ਟੈਨਸ਼ਨ ਫ੍ਰੀ ਰਹੋ ਤੇ ਆਪਦੇ ਕੰਮ ਦਾ ਹੱਲ ਕਰੋ। ਬਸ ਇਹ ਪੁੱਛ ਕੇ ਤੁਹਾਨੂੰ ਕੀ ਆ ਵੀ ਕਿੱਥੋਂ ਆਏ ਪੈਸੇ ਕਿੱਥੋਂ ਨਹੀਂ, ਐਂ ਸਮਝ ਲਓ ਆਪਾਂ ਨੂੰ ਰੱਬ ਹੀ ਦੇ ਗਿਆ। ਰੱਬ ਦੇ ਗਿਆ? ਬੰਦਾ ਵੀ ਉਹ ਕੋਈ ਆਇਆ, ਉਹ ਕਿਹਨੇ ਦਿੱਤੇ ਪੈਸੇ ਮੈਨੂੰ ਦੱਸ। ਤੁਹਾਨੂੰ ਮੇਰੇ ਤੇ ਯਕੀਨ ਹੈਗਾ ਨਾ? ਬਸ ਹੁਣ ਚੁੱਪ ਕਰ ਜਾਓ ਤੇ ਮੈਂ ਰੋਟੀ ਬਣਾਉਣੀ ਆ, ਤੁਸੀਂ ਖਾ ਲਓ ਗਰਮ ਗਰਮ ਠੀਕ ਹੈ? ਚਲ ਠੀਕ ਆ। ਚੰਗਾ ਲਿਆ ਰੋਟੀ, ਲਿਆ ਭੁੱਖ ਵੀ ਬਹੁਤ ਲੱਗੀ। ਹਾਂ ਲਿਆਉਣੀ ਆ। ਪੈਸੇ ਕਿੱਥੋਂ ਲੈ ਲੈਣੇ? ਚਲ 100 ਬੁੜੀਆਂ ਤੋਂ ਫੜ ਲਿਆਓ, ਕਈ ਵਾਰੀ ਲੁਕੋ ਕੇ ਇਹਦੇ ਵਿੱਚ ਰੱਖ ਲੈਂਦੀਆਂ ਨਾ। ਹਾਂ ਚਲ। ਸਰਪੰਚ ਸਾਹਿਬ ਕਰੀਓ ਆ ਜਾ ਮੰਗਿਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਹੋਰ ਕਿਵੇਂ ਆ? ਹਾਂਜੀ ਹਾਂਜੀ ਵਧੀਆ, ਹੋਰ ਠੀਕ ਹੋ? ਹਾਂ ਵਧੀਆ। ਹੋਰ ਘਰ ਪਰਿਵਾਰ ਠੀਕ ਆ? ਸਾਰੇ ਵਧੀਆ, ਤੂੰ ਦੱਸ ਕਿਵੇਂ ਮਰਿਆ ਗਿੜਾ? ਵਧੀਆ ਵਧੀਆ। ਹੋਰ ਕਿਵੇਂ ਚੱਲਦੀ ਹੈ ਸਰਪੰਚੀ? ਫਿਰ ਸਰਪੰਚੀ ਤਾਂ ਵਧੀਆ ਚੱਲੀ ਜਾਂਦੀ ਹੈ, ਕੰਮ ਕਾਰ ਵਧੀਆ ਹੋਈ ਜਾਂਦੇ ਪਿੰਡ ਚ, ਹੋਰ ਇਹਦੇ ਉੱਤੇ ਕੀ ਹੁੰਦਾ। ਉਹ ਕਹਿੰਦਾ ਪਹਿਲਾਂ ਬਾਹਰ ਫੋਨ ਜੇ ਲਈ ਜਾਂਦਾ ਸੀ, ਹੁਣ ਤੂੰ ਆਪ ਆਇਆ ਕਿ ਸੁੱਖ ਹੈ? ਸਾਡੇ ਘਰੇ ਤਾਂ ਸੁੱਖ ਹੈ, ਪਰਮਾਤਮਾ ਦੇ ਦਿੱਤਾ ਸਾਰਾ ਕੁਛ ਹੈ, ਤੈਨੂੰ ਪਤਾ ਤਾਂ ਹੈ, ਪਰ ਗਵਾਂਢੀਆਂ ਦੇ ਘਰੇ ਦੁੱਖ ਹੈ। ਦੇਖ ਸਾਡਾ ਮੁਹੱਲਾ ਹੈਗਾ ਸਾਫ਼ ਸੁਥਰਾ, ਤੈਨੂੰ ਆਪ ਹੀ ਪਤਾ, ਪਰ ਜਿਹੜਾ ਹੁਣ ਆ ਚੰਨੀ ਤੇ ਚੰਨੀ ਦੇ ਘਰ ਵਾਲੀ ਗੰਦ ਪਾਉਣ ਲੱਗ ਗਈ ਨਾ, ਇਹਦੇ ਨਾਲ ਦੇਖੋ ਸਾਡੇ ਆਂਢ ਗੁਆਂਢ 'ਚ ਮਾੜਾ ਅਸਰ ਪਊਗਾ। ਇਹੀ ਗੱਲ ਕਰਨ ਮੈਂ ਤੁਹਾਡੇ ਨਾਲ ਆਇਆ। ਚੰਨੀ 'ਚ ਤੇ ਘਰ ਵਾਲੀ ਗੰਦ ਪਾਇਆ ਤਾਂ ਬੰਦੀ ਬਹੁਤ ਵਧੀਆ ਯਾਰ, ਬੰਦੇ ਬਹੁਤ ਵਧੀਆ ਸੀ, ਹੁਣ ਨੀ। ਜਦੋਂ ਦਾ ਕੰਮ ਜੇ 'ਚ ਘਾਟਾ ਪਿਆ ਨਾ, ਮੈਨੂੰ ਲੱਗਦਾ ਘਰ ਵਾਲੀ ਪੁੱਠੇ ਸਿੱਧੇ ਕੰਮ ਕਰਨ ਲੱਗ ਗਈ, ਕਿਉਂਕਿ ਮੈਂ ਤੇਰੇ ਕੋਲ ਆਏ ਦੁੱਧ ਤਾਂ ਹੁਣ ਤੁਸੀਂ ਵੀ ਲੈਣੇ ਆ, ਪੈਸੇ ਤਾਂ ਦਿੰਨੇ ਆ ਅਕਸਰ, ਦਿੰਨੇ ਆ ਪੈਸੇ ਨੂੰ, ਆ ਪੈਸੇ ਦੇ ਕੇ ਫੇਰ ਦੁੱਧ ਲੈਣੇ ਆਪਾਂ। 2 ਮਹੀਨੇ ਹੋ ਗਏ ਪਹਿਲਾਂ ਦੋਧੀ ਦੇ ਪੈਸੇ ਨਹੀਂ ਦਿੱਤੇ, ਘਰ ਦੀ ਕੰਡੀਸ਼ਨ ਤੈਨੂੰ ਉਹਨਾਂ ਵੀ ਪਤਾ ਹੈ। ਹਾਂ ਹੈ ਤੇ ਆ ਦੇਖ ਇਹ ਤਾਂ ਵੀਡੀਓ ਬਣਾਈ ਪਈ ਸੀ, ਤੈਨੂੰ ਮੈਂ ਸਪੈਸ਼ਲ ਲਿਆ, ਨਾਲੇ ਤਾਂ ਦੋਧੀ ਨੂੰ ਦੁੱਧ ਪਾਤਾ ਤੇ ਨਾਲੇ ਦੋਧੀ ਉਹਨੂੰ ਪੈਸੇ ਦੇਈ ਜਾਂਦਾ ਉਲਟੇ, ਨਾਲੇ ਆਹ ਦੇਖ ਲਾ ਰੁਪਈਏ ਕਿੰਨੇ ਆ, 500 ਦੇ ਨੋਟ ਆ, ਤੂੰ ਆਪ ਹੀ ਦੇਖ ਲਾ। ਜਿਹੜਾ ਬਹੁਤ ਗਲਤ ਆ ਯਾਰ, ਫਿਰ ਗਲਤ ਆ ਨਾ, ਕੱਲ ਨੂੰ ਹੁਣ ਉਹ ਘਰੋਂ ਜਿਵੇਂ ਘਰੇ ਬੁਲਾਊਗੀ ਤੇ ਫਿਰ ਕੰਮ ਤਾਂ ਅਸਰ ਤਾਂ ਗਲਤ ਹੀ ਪਊਗਾ ਮੁਹੱਲੇ 'ਚ, ਬਹੁਤ ਗਲਤ ਕਰੀ ਜਾਂਦਾ। ਹਾਂ ਨਾਲੇ ਮੈਂ ਤੇਰੇ ਫੋਨ ਤੇ ਸੈਂਡ ਕਰਦਾ
ਇਹਦਾ ਸਰਪੰਚ ਸਾਡਾ ਤਾਂ ਨਹੀਂ ਨਾ ਤੂੰ ਨਾ ਲਈ ਕਿਉਂਕਿ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਉਹਨੂੰ ਹੈਗਾ ਮੋਹਤਵਾਰ ਬੰਦਾ ਇਹ ਗੱਲ ਤੂੰ ਮੰਨਦਾ ਤੂੰ ਕਹਿ ਸਕਦਾ ਉਹਨਾਂ ਨੂੰ ਹਨਾ ਚੱਲ ਮੈਂ ਜਾਊਂਗਾ ਚੰਨੀ ਕੋਲੇ ਜਾਂ ਚੰਨੀ ਨੂੰ ਬੁਲਾਊਂਗਾ ਇੱਥੇ ਘਰੇ ਬਸ ਉਹ ਤੂੰ ਜਿਵੇਂ ਮਰਜ਼ੀ ਕਰੀ ਆਹ ਤੈਨੂੰ ਵੀਡੀਓ ਮੈਂ ਸੈਂਡ ਕਰਦਾ ਪਰ ਸਾਡਾ ਨਾਂ ਨੀ ਆਉਣਾ ਚਾਹੀਦਾ ਨਹੀਂ ਨਹੀਂ ਤੁਹਾਡਾ ਨਾਂ ਨੀ ਆਉਂਦਾ ਵਿੱਚ ਹਾਂ ਘਰ ਵਾਲੀ ਮੈਨੂੰ ਕਹਿੰਦੀ ਤਾਂ ਬੜੇ ਟਾਈਮ ਦੀ ਸੀ ਹੈਂ ਪਰ ਸਾਡੇ ਕੋਲ ਸਬੂਤ ਹੈ ਨਹੀਂ ਸੀ ਆ ਸਬੂਤ ਮਿਲ ਗਿਆ ਪਰ ਸਬੂਤ ਤੇ ਬਣਾ ਆਪਾਂ ਉਹਨੂੰ ਕਹਿ ਵੀ ਨਹੀਂ ਨਾ ਸਕਦੇ ਹਾਂ ਆਹ ਦੇਖ ਲਾ ਹੈਂ ਇਹ ਤਾਂ ਆਪਾਂ ਨੂੰ ਐਵੇਂ ਪਤਾ ਹੈ ਵੀ ਇੱਕ ਤਾਂ ਬੰਦਾ ਨਾਲੇ ਆਪਾਂ ਨੂੰ ਚੀਜ਼ ਦੇ ਕੇ ਜਾਂਦਾ ਉੱਤੋਂ ਆਪਾਂ ਨੂੰ ਪੈਸੇ ਦਿੰਦਾ ਕੋਈ ਗਾਉਂ ਹੀ ਖੱਟੂਗਾ ਹਾਂ ਹਾਂ ਇਹ ਤਾਂ ਹੈ ਇਹ ਤਾਂ ਗੱਲ ਤੂੰ ਮੰਨਦਾ ਬਸ ਬਾਕੀ ਤੂੰ ਕਹਿ ਦੀ ਠੀਕ ਆ ਮੈਂ ਵੀਡੀਓ ਜੀ ਤੈਨੂੰ ਸੈਂਡ ਕਰ ਦਿੰਦਾ ਕੋਈ ਨਾ ਭੇਜ ਦੇ ਵੀਰ ਤਾਂ ਮੈਨੂੰ ਮੈਂ ਬੁਲਾਉਣਾ ਚੰਨੀ ਨੂੰ ਘਰੇ ਸਰਪੰਚ ਸਾਹਿਬ ਤੁਸੀਂ ਬੁਲਾਓ ਨਾ ਤੁਸੀਂ ਘਰੇ ਜਾਓ ਘਰੇ ਉਹਦੇ ਘਰ ਵਾਲੀ ਵੀ ਹੋਊਗੀ ਫੇਰ ਪਤਾ ਲੱਗੂ ਫੇਰ ਗੱਲਾਂ ਖੁੱਲਣਗੀਆਂ ਇਹ ਐ ਨੀ ਦੱਸਦੇ ਕੁਛ ਉਹ ਐ ਨੀ ਪਤਾ ਫੜਿਆ ਹੀ ਜਾਵੇ ਲੱਕੀ ਉੱਤੇ ਠੀਕ ਆ ਜੇ ਨਾ ਘਰੇ ਹੋਇਆ ਤੂੰ ਜਾ ਉਹਦੇ ਘਰੇ ਹੀ ਜਾ ਆਹ ਗੱਲ ਸਹੀ ਹੈ ਤੇਰੀ ਨਾਲ ਉਹਦੇ ਘਰ ਵਾਲੀ ਘਰੇ ਹੋਊ ਹਨਾ ਚੱਲ ਮੈਂ ਉਹਦੇ ਕੋਲੇ ਜਾਂਦਾ ਘਰੇ ਜਾਂਦਾ ਉਹਦੇ ਕੋਲੇ ਤੇ ਮੈਨੂੰ ਵੀਡੀਓ ਆਹ ਵੀਡੀਓ ਤੇਰਾ ਨੈਟ ਬੰਦ ਹੈ ਨੈਟ ਆਨ ਕਰ ਲਾ ਭੇਜਤੀ ਤੇਰੇ ਕੋਲ ਵੀਡੀਓ ਲੈ ਦੋਨੇ ਜੀ ਘਰੇ ਮਿਲ ਜਾਣਗੇ ਮੈਨੂੰ ਹੁਣ ਉਹ ਕੀ ਹੋ ਗਿਆ ਬੈਠੇ ਤੈਨੂੰ ਪਤਾ ਤਾਂ ਹੈ ਕੀ ਹੋਇਆ ਤੇਰੇ ਸਾਹਮਣੇ ਕਦਾ ਉਹਲਾ ਕੋਈ ਚੱਲ ਕੋਈ ਗੱਲ ਨਹੀਂ ਕਿੰਨੀ ਵਾਰੀ ਕਿਹਾ ਵੀ ਟੈਨਸ਼ਨ ਨਾ ਲਿਆ ਕਰੋ ਮੈਂ ਨਾ ਆਪਣੀ ਤਾਈ ਕੇ ਜਾਇਆ ਵਾਂ ਉਹਦੀ ਨੂੰਹ ਦਾ ਭਰਾ ਮੁੱਕ ਗਿਆ ਕਹੂਗੀ ਆਏ ਨਹੀਂ ਹੈਗੇ ਹੁਣ ਕਿਸੇ ਨੂੰ ਕੀ ਪਤਾ ਵੀ ਆਪਾਂ ਨੂੰ ਕੀ ਟੈਨਸ਼ਨ ਅਗਲੇ ਨੇ ਤਾਂ ਮੁੱਦਾ ਬਣਾ ਲੈਣਾ ਵੀ ਸਾਡੇ ਦੁੱਖ ਸੁੱਖ ਚ ਆਉਂਦੇ ਨੇ ਚੱਲ ਜਾ ਆ ਆਪ ਵੀ ਆਏ ਰਹੇ ਆ ਸਾਰਾ ਟੱਬਰ ਹਾਂ ਤੇ ਸ਼ਾਮ ਦੇ ਨੂੰ ਤੁਸੀਂ ਵੀ ਜਾ ਆਇਓ ਹਾਂ ਮੈਂ ਤਾਂ ਜਾ ਆਉਂ ਚੱਲ ਮੈਂ ਵਿਹਲਾ ਹੀ ਹਾਂ ਕੋਈ ਕੰਮ ਤੇ ਨਹੀਂ ਜਾਵਾਂ ਹਾਂ ਜਾ ਆ ਪੁੱਛਿਆ ਜੀ ਇੱਕ ਦੋ ਜਣੇ ਨੂੰ ਕੰਮ ਮੈਨੇਜਰ ਕੰਮ ਹੀ ਕਰ ਲਏ ਕੋਈ ਸਾਰੇ ਕਹਿੰਦੇ ਮੰਦਾ ਮੰਦਾ ਬਈ ਗਰੀਬ ਦਾ ਤਾਂ ਰੱਬ ਵੀ ਬੈਰੀ ਹੋ ਜਾਂਦਾ ਚਲੋ ਕੋਈ ਗੱਲ ਨੀ ਹੋ ਜਾਣਾ ਸੈੱਟ ਸਾਰਾ ਕੁਛ ਰੱਬ ਦਾ ਨਾਮ ਲਿਆ ਕਰੋ ਆਪੇ ਸਹੀ ਕਰੂਗਾ ਹਾਂ ਇਹ ਤਾਂ ਹੈ ਕਹਿੰਦੇ ਹੁੰਦੇ ਆ ਆਪਾਂ ਦਿਲੋਂ ਨਾ ਕਿਸੇ ਦਾ ਮਾੜਾ ਕਰੀਏ ਪਰਮਾਤਮਾ ਹੋਣ ਨੀ ਦਿੰਦਾ ਆਪਾਂ ਦਾ ਮਾੜਾ ਕੋਈ ਨਾ ਪਰਮਾਤਮਾ ਸੁਣੂਗਾ ਆਪਾਂ ਦੇ ਵੀ ਨਾਲੇ ਬੰਦਾ ਕੌਣ ਹੁੰਦਾ ਕਿਸੇ ਦਾ ਚੰਗਾ ਟਾਈਮ ਲਿਆਉਣ ਵਾਲਾ ਰੱਬ ਹੀ ਹੁੰਦਾ ਹਨਾ ਇਹ ਤਾਂ ਯਾਰ ਇਹ ਕਹਿੰਦੇ ਹੁੰਦੇ ਆ ਧੁੱਪਾ ਤੇ ਛਾਂ ਤੇ ਦਿਨ ਤੇ ਰਾਤ ਜੇ ਆਪਾਂ ਦੁੱਖ ਹੈ ਤੇ ਸੁੱਖ ਵੀ ਆਊਗਾ ਸੁੱਖ ਹੈ ਤੇ ਦੁੱਖ ਵੀ ਆਊਗਾ ਇਹ ਤਾਂ ਹੈਗਾ ਕੱਲ ਜਾ ਤੂੰ ਜਾ ਚੱਲ ਮੈਂ ਜਾ ਬਸ ਮੈਂ ਆ ਗਈ ਠੀਕ ਹੈ ਥੋੜੇ ਟਾਈਮ ਚ ਚੰਨੀ ਹਾਂਜੀ ਓ ਚੰਨੀ ਹਾਂਜੀ ਕੌਣ ਬਾਈ ਸਰਪੰਚ ਆ ਮੈਂ ਤਾਂ ਆਇਆ ਨੰਗੇ ਸਰਪੰਚ ਹੋਰ ਸਰਪੰਚ ਠੀਕ ਹੈ ਹਾਂ ਵਧੀਆ ਹੋਰ ਕੰਮ ਕਾਰ ਕਿਵੇਂ ਚੱਲਦਾ ਬਸ ਤੈਨੂੰ ਪਤਾ ਹੀ ਆ ਕੰਮ ਕਾਰ ਤੇ ਠੱਪ ਹੀ ਹੋਇਆ ਪਿਆ ਚੱਲ ਕੋਈ ਨੀ ਚੱਲ ਤੂੰ ਕੰਮ ਚ ਰਵੀ ਜੇ ਤੂੰ ਨੀ ਕਿਸੇ ਦਾ ਮਾੜਾ ਕਰਦਾ ਤੇਰਾ ਰੱਬ ਕਿਉਂ ਮਾੜਾ ਕਰੂਗਾ ਆਹ ਤਾਂ ਹੈ ਠੀਕ ਹੈ ਗੱਲ ਤੇਰੀ ਸਰਪੰਚ ਆਪਾਂ ਕੀਤੇ ਨੀ ਮਾੜਾ ਕਿਸੇ ਦਾ
ਵਾ ਭਲਾ ਹੀ ਕੀਤਾ ਸੀ, ਭਲਾ ਕੀਤਾ ਤੈਨੂੰ ਪਤਾ ਆਹ ਕੰਮ ਹੋ ਗਿਆ। ਚਲੋ ਕੋਈ ਗੱਲ ਨੀ, ਤੇ ਦੱਸੋ ਤੁਸੀਂ ਕਿਵੇਂ ਆਏ? ਮੈਂ ਤਾਂ ਆਇਆ ਸੀ, ਮੇਰੇ ਕੋਲ ਨਾ ਵੀਡੀਓ ਭੇਜੀ ਹੈ ਕਿਸੇ ਨੇ ਯਾਰ। ਵੀਡੀਓ? ਕਿਹੜੀ ਭੇਜੀ ਹੈ ਵੀਡੀਓ? ਕੀ ਹੈ ਵੀਡੀਓ 'ਚ? ਵੀਡੀਓ 'ਚ ਤਾਂ ਬਾਈ ਚੰਨੀ ਬਹੁਤ ਕੁਛ ਹੈ, ਆਹ ਤੂੰ ਆਪ ਹੀ ਦੇਖ ਲੈ ਖੋਲ ਕੇ। ਉਤਲੀ ਪਹਿਲੀ ਆ? ਹਾਂ ਦੇਖ ਲਾ। ਇਹ ਦੁੱਧ ਲਈ ਜਾਂਦੇ ਮੇਰੇ ਘਰ ਵਾਲੀ, ਇਹ 'ਚ ਕੀ ਆ? ਨਹੀਂ ਅੱਗੇ ਵੀ ਦੇਖਣਾ, ਟੱਪਣ ਦੇ ਗਾਹਾਂ ਨੂੰ ਮਾੜੀ ਜੀ ਹੋਰ ਆ। ਹਾਂ ਆ ਦੇ, ਆ ਪੈਸੇ ਫੜੀ ਜਾਂਦੇ ਆ। ਠੀਕ ਪੈਸੇ, ਠੀਕ ਹੈ ਠੀਕ ਹੈ, ਪੈਸੇ ਫੜਦੇ ਆ ਪੈਸੇ। ਦੇਖ ਲਈ ਨਾ ਵੀਡੀਓ ਹੁਣ ਤਾਂ ਸਾਰੀ? ਹਾਂ ਦੇਖ ਲਈ ਸਰਪੰਚ। ਹੈਂ ਬਾਈ, ਮਾੜਾ ਮੋਟਾ ਕੰਟਰੋਲ ਕਰ ਆਪਣੀ ਘਰ ਵਾਲੀ ਤੇ, ਨਾਲੇ ਤੈਨੂੰ ਆਪਣੇ ਪਿੰਡ ਦਾ ਪਤਾ ਮਤਾ ਪਿਆ ਵੈ ਵੀ ਜਿਹੜੀ ਵੀ ਕੋਈ ਜਨਾਨੀ ਜਾਂ ਬੰਦਾ ਗਲਤ ਕੰਮ ਕਰਦੇ ਆ ਵੀ ਉਹਨੂੰ ਆਪਾਂ ਪਿੰਡੋਂ ਬਾਹਰ ਕੱਢਣਾ, ਪਤਾ ਨਾ ਤੈਨੂੰ? ਹਾਂ ਸਰਪੰਚ, ਹਾਂ ਪਤਾ ਮੈਨੂੰ। ਅੱਗੇ ਉਹ ਦੇਖੋ ਪਰਲੇ ਪਾਸੇ ਸੀ ਜਿਹੜਾ ਘਰ ਪਿੰਡ ਦੇ, ਉਹਨਾਂ ਦਾ ਮੁੰਡਾ ਗਲਤ ਕੰਮ ਕਰਦਾ ਸੀਗਾ, ਉਹਨਾਂ ਨੂੰ ਭਾਂਡਾ ਤਿਆਰ ਕੇ ਬਾਹਰ ਕੱਢਿਆ ਪਿੰਡੋਂ। ਠੀਕ ਆ, ਮਾੜਾ ਜਿਹਾ ਵਰਜ ਜਨਾਨੀ ਨੂੰ ਆਪਦੀ ਨੂੰ। ਠੀਕ ਆ, ਮੈਨੂੰ ਨੀ ਪਤਾ ਸੀ ਵੀ ਇੰਨੀ ਜਨਾਨੀ ਮੇਰੀ ਗਿਰ ਜੂਗੀ, ਮੈਂ ਪੁੱਛਿਆ ਵੀ ਸੀ, ਉਹ ਕਹਿੰਦੀ ਸੀ ਵੀ ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਪਰ ਐਂ ਨਾਮ ਨੀ ਦੱਸਿਆ ਮੈਨੂੰ। ਚੱਲ ਕੋਈ ਨਾ ਸਰਪੰਚ, ਤੂੰ ਤਾਂ ਚਾਹ ਪਾਣੀ ਦੱਸ। ਚਾਹ ਪਾਣੀ ਦਾ ਬਸ ਆਹੀ ਚਾਹ ਪਾਣੀ ਹੈ ਵੀ ਮਾੜਾ ਜਿਹਾ ਸਮਝਾ ਘਰੇ, ਠੀਕ ਆ ਨਾ? ਠੀਕ ਹੈ ਸਰਪੰਚ, ਸਮਝਾ ਦੂੰਗਾ ਮੈਂ। ਹਾਂ ਮੈਂ ਆਪਦੀ ਅੱਖੀ ਦੇਖ ਲਿਆ। ਚੱਲ ਠੀਕ ਹੈ ਚੰਨੀ, ਮੈਂ ਯਾਰ ਮੱਥਾ ਟੇਕਣ ਜਾਣਾ ਉਹਨਾਂ ਦੇ ਭੋਗ ਤੇ। ਹਾਂ ਚੱਲ ਠੀਕ, ਜਾਣਾ ਤਾਂ ਮੈਂ ਵੀ ਸੀ। ਚੱਲ ਕੋਈ ਨਾ, ਆ ਜਾਂਦੇ ਨੇ ਘਰਦਿਆਂ ਨੂੰ, ਮੈਂ ਫਿਰ ਜਾਊਂਗਾ। ਹਾਏ ਰੱਬਾ ਹੋਏ, ਨਾਲੇ ਕਿਹਾ ਸੀ ਵੀ ਕੋਈ ਗਲਤ ਕਦਮ ਨਾ ਚੱਕ ਲਈ, ਗਰੀਬੀ ਤੇ ਅਮੀਰੀ ਆਉਂਦੀ ਰਹਿੰਦੀ ਆ। ਹੈਂ ਜੇ ਗਰੀਬੀ ਆਈ ਹੈ ਅਮੀਰੀ ਵੀ ਆਊ, ਜੇ ਦੁੱਖ ਆ ਸੁੱਖ ਆਊ, ਮੈਨੂੰ ਨਹੀਂ ਪਤਾ ਸੀ। ਆ ਜਾਣ ਦੇ ਹੁਣ ਮੈਂ ਗੱਲ ਕਰ। ਨਹੀਂ ਨਹੀਂ ਚੰਨੀ, ਸੱਤੇ ਘਾਣ ਧੋ ਫੜੀ, ਧੋ ਫੜ ਕੇ ਨਾ ਫੇਰ ਪੁੱਛ, ਹੁਣ ਤਾਂ ਉਹਨੇ ਮੰਨਣਾ ਹੀ ਨਹੀਂ। ਹੋ ਗਈ ਤਾਂ ਪੈਸੇ ਧਾਰ ਹੀ ਲੈਤੇ ਆ, ਹੈਂ ਵੀ ਤੁਹਾਡੇ ਕੋਲ ਪੈਸੇ ਹੈ ਨਹੀਂ ਸੀ, ਹੋਰ ਮੈਂ ਕੀ ਕਰਦੀ। ਹਾਂ ਆਹ ਤੇਰੀ ਗੱਲ ਠੀਕ, ਚੱਲ ਪੁੱਛੂ ਦੂਰੀ ਵਾਰ ਜਾਣ ਨੂੰ ਮੈਂ ਕਹੂੰਗਾ ਵੀ ਦੁੱਧ ਬੰਦ ਕਰਕੇ ਕਰ ਦੇ, ਜੇ ਦੁੱਧ ਬੰਦ ਕਰਤਾ ਫਿਰ ਤਾਂ ਕੋਈ ਗੱਲਬਾਤ ਹੈ ਨਹੀਂ, ਜੇ ਦੁੱਧ ਬੰਦ ਨਾ ਕੀਤਾ ਫਿਰ ਸਮਝ ਲਾ ਚੰਨੀ ਉਹਦੇ ਨਾਲ ਕੋਈ ਗੱਲਬਾਤ ਹੈ। ਚੱਲ ਠੀਕ ਹੈ, ਆ ਜਾਣ ਦੇ। ਮਿੱਠਾ ਵਾਲਾ ਪਾਈ ਬੈਠੀ ਹੈ ਜਾਜ, ਮੇਰੇ ਤੱਤੀ ਤੱਤੀ ਕੋਲ ਅੰਦਰ ਲਾਂਗੀ ਮਿੱਠਾ, ਮੈਨੂੰ ਪਤਾ ਹੀ ਨਹੀਂ ਲੱਗਿਆ, ਮੈਂ ਤਾਂ ਸੋਚੀ ਜਾਂਦੀ ਸੀ, ਮੈਂ ਕਿਹਾ ਤੂੰ ਪਤਾ ਨਹੀਂ ਸਰਪੰਚ ਕੋਲੇ ਗਿਆ ਹੋਏਗਾ ਕਿ ਨਹੀਂ। ਸਰਪੰਚ ਕੋਲੇ ਮੈਂ ਜਾਇਆ। ਫਿਰ ਕੀ ਕਹਿੰਦਾ ਸਰਪੰਚ? ਤਾਂ ਕਹਿੰਦਾ ਸੀ ਮੈਂ ਬੁਲਾਉਣਾ ਹੈ। ਮੈਂ ਕਿਹਾ ਤੂੰ ਬੁਲਾਉਣਾ ਹੈ ਇਹਨਾਂ ਨੂੰ, ਇਹਨਾਂ ਦੇ ਘਰੇ ਜਾ। ਮੈਂ ਕਿਹਾ ਨਾਲੇ ਇਹਦੀ ਹੋਊਗੀ ਜਨਾਨੀ ਘਰੇ, ਮੇਰੀ ਗੱਲ ਉਹ ਦੱਸ ਨਾ ਦੇਵੇ, ਉਹਦਾ ਮੂੰਹ ਬੰਨ ਦੇਣਾ ਸੀ। ਮੈਂ ਉਹਨੂੰ ਕਿਹਾ ਆ, ਮੈਨੂੰ ਵੀਡੀਓ ਕਰਤੀ ਸੈਂਡ ਜਿਹੜੀ ਤੂੰ ਮੈਨੂੰ ਸੈਂਡ ਕੀਤੀ ਸੀ। ਮੈਂ ਕਿਹਾ ਗੱਲ ਸੁਣ ਲਾ ਸਰਪੰਚ, ਸਾਡਾ ਨਾਂ ਨਾ ਆਵੇ,
ਇੱਜ਼ਤ ਦਾ ਸਵਾਲ ਆ ਪਿੰਡ ਜੀ ਦਾ, ਗੱਲ ਸਾਰੀ ਤੇਰੇ ਤੇ ਆਊਗੀ ਜੇ ਕੋਈ ਹਕੀਮ ਕੀਮ ਹੋਊਗੀ, ਲੱਕੀ ਫੜਿਆ ਗਿਆ ਨਾ ਉਹਨਾਂ ਦੇ ਘਰੋਂ ਕਿਤੇ ਰਾਤ ਬਰਾਤੇ। ਸਹੀ ਗੱਲ ਆ ਜੀ, ਵੀ ਭਾਈ ਛੇਤੀ ਛੇਤੀ ਇਹਨੂੰ ਦਫ਼ਾ ਕਰੋ ਇੱਥੋਂ ਪਿੰਡ ਚੋਂ, ਫਿਰ ਆਪਾਂ ਵੀ ਘਰ ਲੈਣ ਵਾਲੇ ਹੋਵਾਂਗੇ। ਉਹ ਘਰ ਤੇ ਤਾਂ ਮੇਰੀ ਅੱਖਾਂ ਹੁਣ ਉਹੀ ਲੈਣਾ ਗਾ, ਪੰਮਾ ਕਿਰਾਏ ਤੇ ਚੜਾਉਣਾ ਪੈ ਜੇ ਆਪਾਂ ਨੂੰ, ਨਾਲੇ ਮਜਬੂਰੀ 'ਚ ਨਾ ਆਪੇ ਵੇਚੂਗਾ ਚੰਨੀ ਘਰ, ਜਦੋਂ ਘਰ ਵਾਲੂ ਵੀ ਬਾਗੀ ਉਹਨੇ ਘਰ ਤੋਂ ਕੀ ਕਰਾਉਣਾ ਗਾ। ਇੱਥੇ ਤਾਂ ਕਿਸੇ ਨੇ ਪਾਣੀ ਦੀ ਘੁੱਟ ਨਹੀਂ ਦੇਣੀ ਪਿੰਡ 'ਚ ਉਹਨੂੰ, ਤੂੰ ਕਰਨਗੇ। ਮੈਂ ਕਹਿੰਦਾ ਬੇਫਿਕਰ ਹੋ ਜਾ ਤੂੰ, ਹੋਇਆ ਪਿਆ ਤਾਂ ਕੰਮ, ਸਰਪੰਚ ਗਿਆ ਉਹਨਾਂ ਦੇ ਘਰੇ ਤੇ ਬਣ ਕੇ ਹੋ ਗਿਆ ਗੇਮ ਤਾਂ। ਤੈਨੂੰ ਭਰੋਸਾ ਸਰਪੰਚ ਤੇ? ਯਾਰ ਸਰਪੰਚ ਤੇ ਫੁੱਲ ਭਰੋਸਾ ਮੈਨੂੰ। ਕਈ ਵਾਰੀ ਨਾ ਪਤਾ ਕੀ ਗੱਲ ਹੁੰਦੀ ਆ, ਅਗਲਾ ਮਿੰਤ ਤਰਲਾ ਜਿਹਾ ਕਰਨ ਲੱਗ ਜਾਂਦਾ ਜਦੋਂ ਬੰਦੇ ਦਾ ਦਿਲ ਪਿਘਲ ਜਾਂਦਾ। ਪੂਰਾ ਭਰ ਕੇ ਭਰ ਤੋਰਨਾ ਸੀ ਵੀ ਇੱਧਰ ਤਾਂ ਇੱਧਰ ਹੋ ਜੇ ਸਰਪੰਚ ਸਾਹਿਬ। ਮੈਂ ਤਾਂ ਸਰਪੰਚ ਨੂੰ ਕਹਿਤਾ, ਮੈਂ ਕਿਹਾ ਦੁੱਧ ਤੂੰ ਵੀ ਮੁੱਲ ਲੈਣਾ, ਕਈ ਵਾਰੀ ਸਰਪੰਚ ਨੇ ਵੀ ਦੁੱਧ ਪਵਾਉਂਦੀ ਆ, ਪੈਸੇ ਦੁੱਧ ਹੀ ਦੇ ਕੇ ਜਾਂਦਾ, ਤੁਸੀਂ ਦੁੱਧ ਨੂੰ ਦਿੰਦੇ। ਕਹਿੰਦਾ ਅਸੀਂ ਦੁੱਧੀ ਨੂੰ ਖਾਤਰੇ ਸਾਹਮਣੇ ਆ, ਦੁੱਧੀ ਪੈਸੇ ਵੀ ਦਿੰਦਾ ਤੇ ਦੁੱਧ ਵੀ ਪਾ ਕੇ ਜਾਂਦਾ। ਹੁਣ ਮੈਂ ਕਿਹਾ ਭੈਣ ਭਰਾ ਤਾਂ ਹੈ ਨੀ ਗੇ, ਨਾ ਤਾਂ ਸਾਰੇ ਪਤਾ ਨੂੰ ਪਿੰਡ ਨੂੰ ਪਤਾ ਹੋਵੇ ਇਹ ਤਾਂ ਰਿਸ਼ਤੇਦਾਰ ਆ। ਮੇਰੀ ਇੱਕ ਗੱਲ ਹੋਰ ਸੁਣ, ਮੇਰਾ ਦਿਮਾਗ ਤਾਂ ਹੋਰ ਹੀ ਪਾਸੇ ਜਾਈ ਜਾਂਦਾ ਸੀ ਚਾਹ ਕਰਦੀ ਦਾ। ਕਿਵੇਂ? ਖਬਰਾਂ ਚੰਨੀ ਦੀ ਮਿਲੀ ਭੁਗਤੀ ਹੋਵੇ ਵੀ ਆਪ ਤਾਂ ਹੁਣ ਜਨਾਨੀ ਤੋਂ ਕੰਮ ਲੈ ਲਾ। ਅੱਛਾ ਤੇ ਤੋ ਵੀ ਮੇਥੋਂ ਤਾਂ ਕੰਮ ਹੁੰਦਾ ਨੀ ਵੀ ਹੱਥੀ ਕਰਾਉਣ ਵਾਲਾ ਕੰਮ। ਉਹੀ ਤਾਂ ਗੱਲ ਆ ਵੀ ਕਿਸੇ ਪਾਸੋਂ ਪੈਸਾ ਤਾਂ ਆਉਂਦਾ ਨਾ ਹੋਵੇ, ਹਨਾ, ਫਿਰ ਬੰਦਾ ਕੀ ਕਰੂ, ਕਹਿੰਦਾ ਹੁ ਤੂੰ ਚਲਾ ਲਾ ਕੰਮ। ਚੱਲ ਰੱਖਿਆ ਕੱਪ ਜੀ ਪਰਾਂ, ਮੇਰੀ ਗੱਲ ਤੇ ਗੌਰ ਕਰ, ਹੋ ਸਕਦੀ ਹੈ ਨਾ ਇਹ ਗੱਲ? ਹਾਂ ਹਾਂ, ਤੂੰ ਆ ਕੱਪ ਰੱਖ ਕੇ ਆ, ਇਹਦਾ ਹੋ ਸਕਦੀ ਆ ਕੋਈ ਨਾ ਹੋ ਜੂ ਹੱਲ ਸਾਰਾ। ਰੱਖਿਆ ਭੱਜ ਕੇ ਕੱਪ ਜੇ ਰੱਬਾ, ਮੇਰਾ ਤਾਂ ਨਾ ਵੱਡੀ ਰੂਹ ਨੂੰ ਕਰਦੀ ਕੰਮ ਨੂੰ, ਪਤਾ ਨਹੀਂ ਕੀ ਹੋਇਆ ਪਿਆ ਗਾ। ਗੱਲ ਤਾਂ ਸਹੀ ਆ ਕੰਮੋ ਤੇਰੀ, ਹੋ ਸਕਦਾ ਚੰਨੀ ਹੁਣ ਇਹੋ ਜਿਹੀ ਕਾਰ ਤੇ ਉਤਰ ਆਇਆ ਹੋਵੇ, ਪਤਾ ਹੀ ਨਹੀਂ ਵੀ ਆਪ ਹੀ ਕਰਾਈ ਜਾਂਦਾ ਹੋਵੇ ਕੰਮ, ਬੰਦਾ ਮੈਨੂੰ ਇਹੋ ਜਿਹੀ ਲੱਗਦਾ। ਇਹ ਤਾਂ ਭੈਣ ਦਾ ਤੁਰਦੇ ਨੂੰ ਤੁਰਦਾ ਤੁਰਦਾ ਕਰੀ ਜਾਂਦਾ ਰਹਿੰਦਾ ਸੀ। ਇੱਥੇ ਕਿਉਂ ਪਏ ਆ, ਅੰਦਰ ਪੈ ਜਾਂਦੇ, ਪਾਣੀ ਲਿਆਵਾ? ਨਾ ਨਾ ਲੋੜ ਨਹੀਂ ਪਾਣੀ ਦੀ। ਹਾਂ ਅੰਦਰ ਪੈ ਜਾਂਦੇ, ਬਸ ਉਹੀ ਟੇਢਾ ਹੋ ਗਿਆ, ਨੀਂਦ ਆ ਗਈ ਮੈਨੂੰ। ਤੇ ਕੀ ਕਹਿੰਦੀ? ਕੁਛ ਨਹੀਂ, ਕੀ ਕਹਿਣਾ, ਕਹਿੰਦੀ ਬਿਮਾਰ ਹੀ ਸੀਗਾ ਵਿਚਾਰਾ ਤੇ ਨਸ਼ਾ ਜਿਹਾ ਬਾਹਲਾ ਕਰਨ ਲੱਗ ਗਿਆ ਸੀ, ਕਹਿੰਦੀ ਤੈਨੂੰ ਪਤਾ ਹੀ ਟੰਡਲੀ ਚ ਰਲ ਕੇ ਤੇ ਬਸ ਪਤਾ ਹੀ ਨਹੀਂ ਲੱਗਿਆ, ਕਹਿੰਦੀ ਸਾਨੂੰ ਤਾਂ ਨਸ਼ਾ ਕਰਦੇ ਦਾ ਵੀ ਨਹੀਂ ਪਤਾ ਸੀ, ਮੈਡੀ ਮੁਡੀਕਲ ਚ ਆਇਆ ਹੋਣਾ। ਮਾਂ ਵੀ ਅੱਜ ਕੱਲ ਦੇ ਆਈ ਨੇ ਜਵਾਕ ਦੇ, ਕਾਹਨੂੰ ਕਿਸੇ ਨੂੰ ਪੁੱਛ ਦੱਸ ਕਰਦੇ ਨੇ, ਅੱਜ ਕੱਲ ਪਤਾ ਹੀ ਨਹੀਂ। ਇੰਨਾ ਚੰਗਾ ਲੱਗਦਾ ਸੀ ਹੈ ਨਾ ਜਦੋਂ ਆਉਂਦਾ ਹੁੰਦਾ ਸੀਗਾ, ਆਪਣੇ ਵੀ ਆ ਕੇ ਜਾਇਆ ਕਰਦਾ ਇੱਧਰ। ਪ੍ਰੀਤ ਸਹੀ ਗੱਲ ਆ, ਅੱਜ ਕੱਲ ਤਾਂ ਆਪਣੇ ਦਾ ਵੀ ਨਹੀਂ ਪਤਾ, ਕਹਿੰਦੇ ਕੀ ਹੈ ਕਰਦੇ ਕੀ ਹੈ, ਤੇ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਕਿਸੇ ਤੇ। ਕੀ ਮਤਲਬ? ਮੈਂ ਸਮਝ ਹੀ ਨਹੀਂ ਕੁਛ, ਕੀ ਕਹਿਣਾ ਚਾਹੁੰਦੇ ਹੋ? ਮਤਲਬ ਇਹ ਆ ਕਿ ਦੱਸ ਕੇ ਕਿੱਥੇ ਜਾਂਦੇ ਆ, ਜਾਂਦੇ ਕਿੱਥੇ ਆ ਅੱਜ ਕੱਲ ਜਵਾਕ, ਉਹ ਜਵਾਕਾਂ ਦੀ ਗੱਲ ਕਰਦਾ ਮੈਂ। ਅੱਛਾ, ਮਾਂ ਕਿਤੇ ਮੈਨੂੰ ਹੀ ਕਹਿਣ ਲੱਗ ਗਈ। ਲੱਗ ਤੈਨੂੰ ਕਿਉਂ ਕਹੂੰਗਾ ਕਮਲੀਏ, ਤੂੰ ਤਾਂ ਇੰਨੀ ਸਿਆਣੀ ਆ। ਤੇ ਨਾਲੇ ਇੱਕ ਗੱਲ ਮੈਂ ਹੋਰ ਸੋਚੀ ਆ ਯਾਰ। ਹਾਂਜੀ। ਅੱਛਾ ਹੁਣ ਪੈਸਾ ਤਾਂ ਆਪਾਂ ਕੋਲੇ 1 ਰੁਪਿਆ ਵੀ ਹੈ ਨਹੀਂ, ਹੈ ਆਪਾਂ ਕਦੋਂ ਕਿਤੋਂ ਮੰਗਾਂਗੇ? ਅੱਜ ਤੇ ਚੱਲ ਧਾਰੇ ਦੇਤੇ ਤੈਨੂੰ ਕਿਸੇ ਨੇ, ਤੇ ਕੱਲ ਨੂੰ ਕੌਣ ਦਊਗਾ? ਨਾਲ ਦੋਧੀ ਦਾ ਆਪਾਂ ਨੂੰ ਘੱਟੋ ਘੱਟ 18-1900 ਰੁਪਏ ਬਣ ਜਾਂਦਾ ਹੈ, ਤੇ
ਔਖਾ ਜਿਹਾ ਹੋ ਜੂਗਾ, ਕਿਉਂ ਇਹ ਕੰਮ ਤੇ ਕੀ ਪਤਾ ਕੰਮ ਦਾ ਤੇ ਆਪਣਾ ਕਦੋਂ ਚੱਲੇ ਹੈ। ਤੇ ਤੂੰ ਐਂ ਕਰ, ਦੋਧੀ ਨੂੰ ਕਹਿ ਦੀ ਵੀ ਦੁੱਧ ਬੰਦ ਕਰ ਦੇ। ਲੈ ਅੱਗੇ ਦੋਧੀ ਨੂੰ ਕਹਿ ਦੀ ਦੁੱਧ ਬੰਦ ਕਰ ਦੇ। ਚਾਹ ਕਦੀ ਬਣਾਇਆ ਕਰਾਂਗੇ, ਕਿੰਨਾ ਔਖਾ ਹੋ ਜੂਗਾ, ਦੁੱਧ ਘੱਟ ਲੈ ਲਿਆ ਕਰਾਂਗੇ, ਨਾਲੇ ਉਹ ਤਾਂ ਮੁੰਡਾ ਸਿਆਣਾ ਵਿਚਾਰਾ, ਉਹ ਤਾਂ ਟੋਕਦਾ ਵੀ ਨੀ ਪੈਸਿਆਂ ਨੂੰ, ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਮਹੀਨੇ ਲੰਘ ਜਾਂਦੇ ਨੇ, ਦੇ ਦਾਂਗੇ ਹੌਲੀ ਹੌਲੀ ਕਰਕੇ। ਆ ਮੁੰਡਾ ਤਾਂ ਬਾਹਲਾ ਸਿਆਣਾ, ਉਹ ਤਾਂ ਮੈਨੂੰ ਪਤਾ ਲੱਗ ਗਿਆ, ਪਰ ਮੈਨੂੰ ਦਿੱਕਤ ਆਊ ਨਾ। ਮੈਂ ਹੈਗੀ ਆ, ਮੈਂ ਆਪੇ ਪੈਸੇ ਦੇ ਦਿਆ ਕਰੂੰ, ਹਜੇ ਜੇ ਨਾ ਵੀ ਹੋਏ ਤਾਂ ਖੜਾ ਲਾਂਗੇ ਉਹਨੂੰ ਆਪਾਂ। ਦੇਖ ਰਹੀ ਤਾਂ ਮੈਂ ਤੈਨੂੰ ਇੱਕ ਲਾਸਟ ਗੱਲ ਕਹਿਤੀ, ਜੇ ਇਕੱਠੇ ਹੋ ਗਏ ਪੈਸੇ ਬਾਅਦ ਚ ਮੈਂ ਕਿੱਥੋਂ ਦਊਂਗਾ, ਕੱਲ ਨੂੰ ਸਮਝਿਆ ਕਰ, ਆਪਦਾ ਉਲੂ ਨਾ ਰੱਖਿਆ ਕਰ ਸਿੱਧਾ। ਚੱਲ ਚੰਗਾ, ਮੈਂ ਕਹਿ ਦੂੰਗੀ ਫਿਰ। ਹਾਂ ਮੈਂ ਲਿਆ ਕਰੂੰਗਾ, ਮੈਂ ਸਵੇਰੇ ਚਾਹ ਹੀ ਬੰਦ ਕਰਦਾ, ਪਰ ਤੂੰ ਪੀ ਲਿਆ ਕਰ, ਤੇਰੇ ਵਾਸਤੇ ਮੈਂ 20 ਰੁਪਏ ਦੁੱਧ ਲਿਆਦਾ ਕਰੂੰਗਾ। ਲੈ ਮੇਰੇ ਗੱਲੀ ਤੇ ਚਾਹ ਕਿਵੇਂ ਲੰਘ ਜਾ ਕਰੋ, ਪਤਾ ਨੀ ਕਿਹੜੇ ਮੂੰਹ ਨਾਲ ਕਹਿਤਾ, ਤੂੰ ਗੱਲੀ ਪੀ ਲਿਆ ਕਰੀ, ਬਸ ਮੈਂ ਵੀ ਚਾਹ ਪੀਂਦੀ ਨੀ ਹੈਗੀ। ਐ ਕਰੋ 20 ਰੁਪਏ ਦੇ ਹੋਏ ਨਿੰਬੂ ਫੜ ਲਿਓ, ਦੋ ਤਿੰਨ ਦਿਨ ਲੰਘ ਜਾਣਗੇ, ਆਪਾਂ ਨਿੰਬੂ ਪਾਣੀ ਬਣਾ ਲਿਆ ਕਰਾਂਗੇ, ਠੀਕ ਆ। ਚੱਲ ਠੀਕ ਆ, ਹੁਣ ਤੈਨੂੰ ਪਤਾ ਮਜਬੂਰੀ 'ਚ ਸਾਰਾ ਕੁਝ ਕਰਨਾ ਪੈਂਦਾ, ਪਰ ਦੋਧੀ ਨੂੰ ਨਾ ਆਉਣ ਦੀ ਫਿਰ ਬਸ। ਚੰਗਾ, ਮੈਂ ਕਿਸੇ ਤੋਂ ਘਾ ਕੇ ਰਾਜੀ ਨਹੀਂ ਆ, ਬਾਅਦ 'ਚ ਪਿੰਡ 'ਚ ਬੇਇੱਜ਼ਤੀ ਕਰੀ ਜਾਵੇ ਵੀ ਪੈਸਿਆਂ ਪਿੱਛੇ। ਤੂੰ ਆਹ ਕੰਮ ਕਰਾਉਂਦਾ ਸੀ, ਆਹ ਕੰਮ ਕਰਾਉਂਦਾ ਸੀ, ਮੇਰਾ ਕਹਿਣ ਦਾ ਕੀ ਮਤਲਬ ਕੀ ਹੈ, ਤੁਸੀਂ ਪਹਿਲੀਆਂ ਕੀ ਪਾਈ ਜਾਂਦੇ ਹੋ। ਉਹ ਕਹਿੰਦਾ ਵੀ ਦੁੱਧ ਤੂੰ ਤਾਤ ਹੀ ਹੈ ਨਹੀਂ ਸੀ, ਦੁੱਧ ਚਾਹ ਲੈਣ ਦੀ ਤੇ ਦੁੱਧ ਲੈਤਾ ਕਿਉਂ, ਉਹ ਐ ਕਹਿਣਗੇ ਲੋਕ, ਹੋਰ ਕੀ ਆ, ਵੀ ਤੁਹਾਨੂੰ ਪਤਾ ਸੀ ਵੀ ਤੁਹਾਡਾ ਕੰਮ ਨਹੀਂ ਚੱਲਦਾ ਹੈ। ਚਲੋ ਚੰਗਾ, ਮੈਂ ਦੁੱਧ ਬੰਦ ਕਰ ਦਿੰਦੀ, ਠੀਕ ਹੈ। ਹਾਂ ਠੀਕ ਹੈ, ਚਲੋ ਪਾਣੀ ਪੀ ਲੈ, ਨਾਲੇ ਤੁਹਾਨੂੰ ਲਿਆਦਾ। ਹਾਂ ਲਿਆ ਦੇ ਪਾਣੀ। ਕਹਿੰਦੀ ਸਿਆਣਾ ਹੀ ਬੋਲਾ, ਪੈਸੇ ਮੈਂ ਆਪੀ ਦੇ ਦਿਆ ਕਰੂੰ, ਤੂੰ ਕਿੱਥੋਂ ਦੇ ਦਿਆ ਕਰੀ, ਕਮਾਉਂਦਾ ਮੈਂ ਆ, ਤੂੰ ਕਿੱਥੋਂ ਕਮਾਉਣੀ ਆ, ਹੈ ਜੇ ਮੈਂ ਕਮਾਊਂਗਾ ਫੇਰ ਹੀ ਤੇਰੇ ਕੋਲ 4 ਰੁਪਏ ਆਉਣਗੇ। ਕਮਾਲ ਕਰੀ ਜਾਂਦੀ ਹੈ, ਫੜੂੰਗਾ ਤੂੰ ਮੈਂ ਰੀਤ, ਤੂੰ ਆ ਮੇਰੇ ਨਾਲ ਧੋਖਾ ਕੀਤਾ, ਗਰੀਬੀ ਦਾ ਤੂੰ ਮਜ਼ਾਕ ਉਡਾਤਾ, ਮੈਂ ਦੇਖ ਤੈਨੂੰ ਕਿੰਨੇ ਕਿੰਨੇ ਰੁਪਏ ਲਿਆ ਕੇ ਦਿੰਦਾ ਹੁੰਦਾ ਸੀ, ਉਹ ਦਿਨ ਯਾਦ ਕਰ ਤੂੰ। ਅਰੀਤ ਲੈ ਤੂੰ ਕਹਿੰਦੀ ਸੀ ਨਾ ਸੂਟ ਲੈ ਕੇ ਆਉਣਾ, ਮੈਂ ਆਹ ਲੈ ਕੇ ਆਉਣਾ, ਆਹ ਲੈ ਸਾਰੇ ਸ਼ੌਂਕ ਪੂਰੇ ਕਰ ਲੈ, ਲੈ ਆਹ ਲੈ ਘੱਟੋ ਘੱਟ 50,000 ਬਚਿਆ ਇੱਕ ਦਿਨ ਦਾ, ਆਹ ਲੈ। ਚੱਲ ਸ਼ੁਕਰ ਆ, ਹੁਣ ਤੇ ਆਪਾਂ ਕੋਲੇ ਅਸੀਂ ਆਇਆ ਕਰਨਗੇ, ਘੱਟੋ ਘੱਟ ਮਹੀਨੇ ਦਾ 2-2.5 ਲੱਖ ਰੁਪਇਆ ਬਚਿਆ ਕਰੂ ਆਪਾਂ ਨੂੰ। ਤੁਹਾਨੂੰ ਪਤਾ ਅੱਜ ਪਹਿਲਾ ਦਿਨ ਆ ਜਿਹੜੀ ਰੱਬ ਨੇ ਆਪਾਂ ਨੂੰ ਇੰਨੀ ਬਰਕਤ ਕੀਤੀ ਆ, ਪਹਿਲੀ ਵਾਰ 50,000 ਬਚਿਆ ਆਪਾਂ ਨੂੰ, ਨਹੀਂ ਤੇ 10-15 ਹੀ ਬਚਦਾ ਸੀਗਾ। ਬਸ ਆਪਾਂ 5-4 ਗੇੜੇ ਲੱਗ ਜਾ ਕਰਨਗੇ ਤੇ 5-4 ਗੇੜਾਂ ਚ ਇੰਨੇ ਇੰਨੇ ਬਚ ਜਾ ਕਰਨਗੇ, ਹੁਣ ਤੇ ਰੱਬ ਨੇ ਬਾਲੀ ਵਧੀਆ ਸੌਂਦੀ ਮੇਰੀ ਤੇ ਹੈ। ਤੇ ਐਵੇਂ ਕਰਦੀ ਆ, ਮੈਂ ਤੁਹਾਨੂੰ 2 ਕੁੜਤੇ ਪਜਾਮੇ ਤੇ ਪਰਨੇ ਜੇ ਵੀ ਲਿਆਈ ਦਊਂਗੀ, ਠੀਕ ਹੈ। ਬਸ ਤੂੰ ਆਜ ਵਾਸਤੇ ਸੂਟ ਵੱਧ ਲਿਆਈ, ਕਿਉਂ ਤੂੰ ਜਿਹੜਾ ਜੀ ਕਰ ਰਿਹਾ ਚੀਜ਼ ਨਾ ਉਹ ਲੈ ਲਿਆ ਕਰੀ, ਪਰ ਉਹਨੂੰ ਪੁੱਛਿਆ ਨਾ ਕਰੀ ਬਸ। ਕੋਈ ਗੱਲ ਨੀ, ਐਵੇਂ ਪੈਸੇ ਖਰਾਬ ਥੋੜੀ ਕਰਨੇ ਆ, ਲੋੜ ਪੈਣ ਤੇ ਕੰਮ ਆਉਂਦੇ ਹੁੰਦੇ ਨੇ। ਹਾਂ ਆ ਵੀ ਤੇਰੀ ਗੱਲ ਸਿਆਣੀ, ਪਰ ਤੂੰ ਕੋਈ ਗੱਲ ਨੀ ਅੱਗੇ ਦੇ ਅੱਗੇ ਸੋਚਾਂਗੇ, ਤੂੰ ਐਸ਼ ਕਰ ਹੁਣ। ਚੱਲ ਚੰਗਾ, ਮੇਰੇ ਵਾਸਤੇ ਚਾਹ ਲਿਆ ਦੋ ਘੁੱਟਾ। ਹਾਂ ਮੈਂ ਬਣਾਉਣੀ ਆ, ਪੈਸੇ ਸਾਂਭਦਾ।
ਗੇਟ ਕਰਦਾ ਬੰਦ। ਅੱਜ ਪਤਾ ਲੱਗ ਜੂ ਜੇ ਦੋਧੀ ਨੂੰ ਜਵਾਬ ਦਿੱਤਾ ਹੋਇਆ ਤਾਂ ਠੀਕ ਆ, ਜੇ ਨਾ ਜਵਾਬ ਦਿੱਤਾ ਹੋਇਆ ਨਾ ਅੱਜ ਤਾਂ ਮੈਂ ਧੌੜੀ ਲਾਊਂਗਾ। ਅਰੀਤਾ ਅਰੀਤਾ! ਹਾਂਜੀ? ਉਰੇ ਆ। ਕੀ ਹੋ ਗਿਆ? ਉਰੇ ਆ। ਗੱਲ ਸੁਣ। ਮੈਂ ਸਵੇਰੇ ਕੀ ਕਹਿ ਤੈਨੂੰ? ਮੈਂ ਤੂੰ ਦੋਧੀ ਨੂੰ ਜਵਾਬ ਦੇ ਦੀ, ਦੁੱਧ ਨਹੀਂ ਲੈਣਾ। ਦੇਤਾ ਜਵਾਬ? ਦੇਤਾ ਸੀ ਜਵਾਬ। ਉਹ ਵਿਚਾਰਾ ਕਹਿੰਦਾ ਵੀ ਭਾਬੀ ਐਵੇਂ ਚੰਗਾ ਨੀ ਲੱਗਦਾ ਵੀ ਦੁੱਧ ਤਾਂ ਮੈਂ ਪਾ ਕੇ ਹੀ ਜਾਇਆ ਕਰੂੰਗਾ, ਵੀ ਮੈਂ ਨੀ ਦੁੱਧ ਬੰਦ ਕਰਨਾ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਦੁੱਧ ਨੂੰ ਉਹਨੂੰ ਜਵਾਬ ਨੀ ਦੇਣਾ। ਤੇ ਫਿਰ ਪੈਸੇ ਕਿੱਥੋਂ ਦੇਵਾਂਗੇ? ਪਰ ਪੈਸੇ ਦੇਣ ਦੀ ਲੋੜ ਹੀ ਨੀ ਜਦੋਂ ਤੂੰ ਹੈਗੀ ਆ। ਮੈਨੂੰ ਸਭ ਕੁਝ ਦੱਸ ਗਿਆ ਸਰਪੰਚ ਤੇਰੇ ਬਾਰੇ, ਮੈਂ ਕਦੇ ਸੋਚਿਆ ਨੀ ਸੀ ਵੀ ਇੰਨੀ ਘਟੀਆ ਸੋਚ ਤੇਰੀ। ਕੀ ਦੱਸ ਗਿਆ ਸਰਪੰਚ? ਕਿਹਦੇ ਪਿੱਛੇ ਲੱਗੇ ਫਿਰਦੇ ਹੋ? ਮੈਂ ਕਿਸੇ ਪਿੱਛੇ ਨੀ ਲੱਗਿਆ। ਐ ਦੱਸ, ਮੈਂ ਤੇਰੇ ਜਦੋਂ ਮੇਰੇ ਕੋਲ ਪੈਸੇ ਆਉਂਦੇ ਹੁੰਦੇ ਸੀ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰਦਾ ਸੀ, ਹੈਂ? ਪਰ ਹੁਣ ਮੈਂ ਗਰੀਬ ਹੋ ਗਿਆ, ਇਹਦਾ ਮਤਲਬ ਇਹ ਨਹੀਂ ਤੂੰ ਜਨੇ ਖਣੇ ਨਾਲ ਖੇ ਖਾਂਦੀ ਫਿਰੇ। ਜਵਾਨ ਨਾ ਆਪਦੇ ਨੂੰ ਸੰਭਾਲ ਕੇ ਬੋਲ। ਅੱਛਾ, ਮੈਂ ਜਵਾਨ ਸੰਭਾਲ ਕੇ ਬੋਲਾਂ ਤੇ ਤੂੰ ਖੇ ਖਾਂਦੀ ਫਿਰੇ? ਗੱਲ ਸੁਣ ਲੈ ਬਸ, ਉਹ ਦੁਆਦ ਘਰੇ ਨਹੀਂ ਆਉਣਾ ਚਾਹੀਦਾ ਉਹ ਬੰਦਾ, ਜੇ ਦੁਆਦ ਘਰੇ ਆ ਗਿਆ ਤੇਰੀ ਲੱਤਾਂ ਮੈਂ ਵੱਢੂੰਗਾ, ਇਹ ਗੱਲ ਸੁਣ ਲਈ। ਫੋਨ ਆ ਰਿਹਾ। ਕੋਈ ਗੱਲ। ਹੈਲੋ, ਹਾਂ 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 ਵਕੀਲ ਸਾਹਿਬ ਜੀ, ਹਾਂਜੀ ਹਾਂਜੀ। ਅੱਛਾ ਅੱਛਾ, ਠੀਕ ਹੈ ਠੀਕ ਹੈ, ਬਹੁਤ ਧੰਨਵਾਦ ਜੀ ਤੁਹਾਡਾ, ਧੰਨਵਾਦ ਧੰਨਵਾਦ। ਆ ਤੇ ਨਾ ਬੜਾ ਵਧੀਆ ਕੀਤਾ, ਉਹ ਗਰੀਬ ਬੰਦੇ ਦੇ ਨਾ ਆਪਣੇ ਨਹੀਂ ਹੁੰਦੇ, ਜਦੋਂ ਗਰੀਬੀ ਆਈ ਨਾ ਕਿਸੇ ਬੰਦੇ ਤੇ ਉਦੋਂ ਸਾਰਿਆਂ ਦਾ ਪਤਾ ਲੱਗ ਜਾਂਦਾ ਕੌਣ ਨਾਲ ਹੈ ਕੌਣ ਨਾਲ ਨਹੀਂ। ਹਾਂ ਹੁਣ ਕੋਈ ਗੱਲ ਨਹੀਂ, ਸਾਰਿਆਂ ਨਾਲ ਪਹਿਲਾਂ ਹਿਸਾਬ ਕਰੂੰਗਾ ਵਕੀਲ, ਤੇਰੇ ਹੀ ਕਰੂੰਗਾ, ਤੇ ਇੱਕ ਬੰਦੇ ਦਾ ਹੋਰ ਕਰਨਾ ਹਿਸਾਬ ਕਿਤਾਬ ਮੈਂ। ਚੱਲ ਠੀਕ ਹੈ ਜੀ, ਆਉਣਾ ਮੈਂ, ਮਿਲ ਜੂ ਗੱਡੀ ਅੱਜ? ਠੀਕ ਹੈ ਠੀਕ ਹੈ ਜੀ। ਤੂੰ ਸਬਰ ਨਹੀਂ ਰੱਖਿਆ, ਆਹ ਦੇਖ ਲਾ ਵਕੀਲ ਕਹੀ ਨਾ ਕੇਸ ਜਿੱਤ ਗਿਆ, ਗੱਡੀ ਮਿਲ ਗਈ, ਪਰ ਤੂੰ ਤੁਹਾਨੂੰ ਕੀ ਪਤਾ ਵੀ ਮੈਂ ਸਬਰ ਰੱਖਿਆ ਕਿ ਨਹੀਂ ਰੱਖਿਆ। ਚੱਕ ਕੇ ਮੂੰਹ ਕਿਸੇ ਦੇ ਕਹੇ ਤੋਂ ਘਟੀਆ ਇਲਜ਼ਾਮ ਲਾਤੇ ਮੇਰੇ ਤੇ, ਮੈਂ ਫਿਰ ਵੀ ਸੁਣੀ ਜਾਂਦੀ ਆ। ਚੁੱਪ ਕਰ ਜਾ, ਪਹਿਲਾਂ ਮੈਂ ਡੱਬਾ ਲਿਆਉਣ ਦੇ, ਬਾਬੇ ਦਾ ਮੱਠਾ ਟੇਕ ਕੇ ਆਉਣ ਦੇ, ਫਿਰ ਮੈਂ ਤੇਰੇ ਨਾਲ ਗੱਲ ਕਰਦਾ। ਪਹਿਲਾਂ ਮੇਰੀ ਗੱਲ ਸੁਣੋ, ਤੇ ਡੱਬਾ ਖਾਣ ਦਾ ਹੱਕਦਾਰ ਵੀ ਨਾ ਉਹੀ ਇਨਸਾਨ ਆ ਜਿਹੜਾ ਆਪਣੇ ਕੋਲ ਰੱਬ ਬਣ ਕੇ ਆਉਂਦਾ ਸੀਗਾ। ਉਹ ਮੈਨੂੰ ਸਭ ਪਤਾ, ਕੋਈ ਰੱਬ ਰੂਪ ਬਣ ਕੇ ਨਹੀਂ ਆਉਂਦਾ ਸੀ, ਤੇਰੇ ਕਰਕੇ ਆਉਂਦਾ ਸੀ ਉਹ। ਉਹ ਬੱਚਿਆਂ ਵਰਗਾ ਕਿਉਂ ਐਵੇਂ ਅਨਾਦ ਸ਼ਨਾਦ ਬੋਲੀ ਜਾਂਦੇ ਹੋ? ਅੱਛਾ ਬੱਚਿਆਂ ਵਾਲਾ, ਉਹ ਤੈਨੂੰ ਘਰ ਵਾਲੀ ਬਣਾਉਣ ਨੂੰ ਫਿਰਦਾ ਹੈ? ਤੂੰ ਬੱਚਾ ਕਮਾਲ ਕਰੀ ਜਾਂਦੀ ਆ। ਚੰਨੀ ਤੇਰਾ ਦਿਮਾਗ ਖਰਾਬ ਆ। ਮੇਰਾ ਦਿਮਾਗ ਆਪ ਹੀ ਖਰਾਬ ਹੋਇਆ ਜੋ ਤੇਰੀ ਮੈਂ ਵੀਡੀਓ ਦੇਖੀ, ਪੈਸੇ ਫੜਦੇ ਨੂੰ ਤੈਨੂੰ ਸ਼ਰਮ ਨਹੀਂ ਆਈ? ਤੂੰ ਮੈਨੂੰ ਦੱਸ ਨਹੀਂ ਸਕਦੀ ਜੀ ਵੀ ਦੋਧੀ ਨੇ ਪੈਸੇ ਦਿੱਤੇ, ਤੂੰ ਲੁਕੋ ਕੇ ਰੱਖਿਆ ਬਈ ਉਹ ਤੇਰੀ ਵੀਡੀਓ। ਤੁਹਾਨੂੰ ਪਤਾ ਵੀ ਆ, ਤੁਸੀਂ ਇਹ ਤਾਂ ਨਹੀਂ ਪੁੱਛਿਆ ਵੀ ਹਾਂ 2 ਮਹੀਨੇ ਹੋ ਗਏ ਰਾਸ਼ਨ ਖਾਂਦਿਆਂ ਨੂੰ, ਵੀ ਰੀਤਾ ਸਮਾਨ ਕਿੱਥੋਂ ਆਉਂਦਾ? ਮੈਂ ਪਤਾ ਉਹਨੂੰ ਬਾਈ ਬਾਈ ਕਹਿ ਕੇ ਵਿਚਾਰੇ ਤੋਂ ਧਾਰੇ ਪੈਸੇ ਲੈ ਲੈਂਦੀ ਸੀਗੀ, ਆ ਹੁਣ ਆਪਣੀ ਗੱਡੀ ਆ ਗਈ, ਜਦੋਂ ਕੰਮ ਚੱਲ ਪਿਆ 1-1 ਰੁਪਈਆ ਮੋੜਾਂਗੇ ਆਪਾਂ ਉਹਦਾ।
ਉਹਨੇ ਅੱਜ ਤੱਕ ਨਾ ਮੈਨੂੰ ਕਦੇ ਮਾੜਾ ਨਹੀਂ ਬੋਲਿਆ, ਭਾਬੀ ਤੋਂ ਬਿਨਾਂ ਅਗਲਾ ਗੱਲ ਨਹੀਂ ਕਰਦਾ। ਤੁਸੀਂ ਆ ਕਹੇ ਜੇ ਇਲਜ਼ਾਮ ਲਈ ਜਾਂਦੇ ਹੋ ਨਾਲੇ, ਜਿਹੜਾ ਤੁਸੀਂ ਮੈਨੂੰ ਦੁੱਧ ਬੰਦ ਕਰਨ ਨੂੰ ਗਿਆ ਸੀ ਨਾ, ਆ ਦੱਸਦੀ ਮੈਂ ਤੁਹਾਨੂੰ ਗੱਲ। ਭਾਬੀ ਲੱਕੀ ਤੂੰ ਆ ਜਾ, ਲੰਘਿਆ ਉਹ ਆ ਗਿਆ। ਆ ਗਿਆ ਭਾਬੀ, ਆ ਜਾ, ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਹੀ ਕਰਨੀ ਸੀ। ਆ ਜਾ ਬਈ। ਚੰਨੀ ਹੈ ਨਹੀਂ ਘਰੇ? ਹਾਂ ਭਾਬੀ, ਦੱਸ ਕੀ ਗੱਲ ਕਰਨੀ ਹੈ। ਗੱਲ ਤਾਂ ਲੱਕੀ ਐਵੇਂ ਆ, ਅਸੀਂ ਨਾ ਹੁਣ ਦੁੱਧ ਨਹੀਂ ਲਿਆ ਕਰਨਾ। ਬਸ ਕੱਲ ਤੋਂ ਨਾ ਹੁਣ ਤੂੰ ਦੁੱਧ ਫੜਾ ਕੇ ਨਾ ਜਾਇਆ ਕਰੀਂ। ਦੁੱਧ ਨਾ ਫੜਾ ਕੇ ਜਾਇਆ ਕਰਾਂ? ਭੁੱਲ ਹੈ ਕੀ ਗੱਲ ਭਾਬੀ, ਕੋਈ ਘਰ ਨਵਾਂ ਲਿੱਤਾ ਕਿਤੇ ਹੋਰ ਪਿੰਡ ਜਾ ਰਹੇ ਹੋ? ਨਹੀਂ ਨਹੀਂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਜਾਂ ਫਿਰ ਦੁੱਧ ਪਤਲਾ ਹੁੰਦਾ ਕਿਸੇ ਹੋਰ ਦੇ ਲਾਉਣਾ ਹੈ? ਨਹੀਂ ਨਹੀਂ, ਇੰਨਾ ਟਾਈਮ ਹੋ ਗਿਆ ਦੁੱਧ ਤੁਹਾਡੇ ਤੋਂ ਹੀ ਲੈਂਦੇ ਸੀਗੇ, ਹੁਣ ਕਿਉਂ ਅਸੀਂ ਕਿਸੇ ਹੋਰ ਦੇ ਲਾਉਣਾ? ਫਿਰ ਕੀ ਗੱਲ ਆ, ਫਿਰ ਕਿਉਂ ਕਰ ਰਹੇ ਹੋਗੇ? ਕੁਛ ਨੂੰ ਕਦੇ ਮੈਂ ਪੈਸਿਆਂ ਨੂੰ ਨਹੀਂ ਕਿਹਾ ਕਿ ਆਏ ਮਹੀਨੇ ਦੇਣੇ ਆ। ਬਸ ਲੱਕੀ ਤੈਨੂੰ ਬਾਈ ਹੁਣ ਕੀ ਦੱਸਾਂ, ਤੇਰੇ ਬਾਈ ਦਾ ਨਾ ਕੰਮ ਘੱਟ ਚੱਲਦਾ ਏ। ਕੰਮ ਘੱਟ ਚੱਲਦਾ? ਲੈ ਇਹ ਜੀ ਕਿੱਡੀ ਗੱਲ ਆ ਭਾਬੀ, ਮੈਂ ਕਿਹੜਾ ਤੁਹਾਨੂੰ ਕਦੇ ਪੈਸਿਆਂ ਨੂੰ ਕਿਹਾ ਹੈਗਾ? ਜਦੋਂ ਮਰਜ਼ੀ ਪੈਸੇ ਦਿਓ, ਪਰ ਭਾਬੀ ਜੋ ਮਰਜ਼ੀ ਆ ਦੁੱਧ ਨਾ ਬੰਦ ਕਰਿਓ। ਮੈਨੂੰ ਪਰੇਸ਼ਾਨ ਲੱਗਦੀ ਆ ਭਾਬੀ ਤੂੰ, ਮੈਨੂੰ ਲੱਗਦਾ ਨਾ ਗੱਲ ਕੋਈ ਹੋਰ ਆ। ਜੇ ਕੋਈ ਗੱਲ ਹੈਗੀ ਨਾ ਮੈਨੂੰ ਸਾਫ਼ ਸਾਫ਼ ਦੱਸ ਦੇ, ਮੈਥੋਂ ਕੁਛ ਲੁਕਾਉਣ ਦੀ ਕੋਈ ਲੋੜ ਨਹੀਂ ਹੈਗੀ। ਗੱਲ ਕੀ ਦੱਸਾਂ ਲੱਕੀ ਤੈਨੂੰ, ਪਰੇਸ਼ਾਨ ਤਾਂ ਮੈਂ ਹੈਗੀ ਆ। ਤੇਰੇ ਬਾਈ ਨੇ ਨਾ ਨਵਾਂ ਘੋੜਾ ਪਾਇਆ ਸੀ, ਕੰਮ ਤੈਨੂੰ ਪਤਾ ਬਹੁਤ ਵਧੀਆ ਚੱਲਦਾ ਸੀਗਾ ਸਾਡਾ। ਅੱਗ ਲੱਗਣਾ ਸੀ, ਨਵਾਂ ਡਰਾਈਵਰ ਰੱਖ ਲਿਆ, ਵੀ ਕੰਮ ਵਧੀਆ ਚੱਲਦਾ, ਡਰਾਈਵਰ ਦੀ ਲੋੜ ਸੀਗੀ। ਉਹਨੇ ਕਿਤੇ ਲਾਲਚ ਚ ਆ ਕੇ ਕਿਸ ਤੋਂ ਪੈਸੇ ਲੈ ਲਏ, ਮਾਲ ਲੈ ਕੇ ਜਾਂਦਾ ਹੋਣਾ, ਅੱਗੇ ਜਾ ਕੇ ਰਾਹ 'ਚ ਫੜਿਆ ਗਿਆ। ਹੁਣ ਜਦੋਂ ਆਪਣਾ ਸਾਧਨ ਸੀਗਾ, ਕੇਸ ਤਾਂ ਸਾਰਾ ਆਪਣੇ 'ਤੇ ਹੀ ਪੈਣਾ ਸੀ, ਹੁਣ ਆਪਣੀ ਗੱਡੀ ਥਾਣੇ 'ਚ ਖੜੀ ਆ ਅਤੇ ਕੇਸ ਚੱਲੀ ਜਾਂਦਾ। ਤੇਰਾ ਵੀਰਾ ਵਿਚਾਰਾ ਕਦੇ ਕਿਤੇ ਕੰਮ ਪੁੱਛਣ ਜਾਂਦਾ, ਉਹਨੂੰ ਤਾਂ ਕਿਤੇ ਕੰਮ ਵੀ ਨਹੀਂ ਮਿਲਦਾ। ਅਗਲਾ ਵੀ ਬੇਇੱਜ਼ਤੀ ਮੰਨਦਾ ਅਤੇ ਤੇਰਾ ਵੀਰਾ ਜਿਹੜੀ ਬੇਇੱਜ਼ਤੀ ਮੰਨਦਾ ਉਹ ਅੱਡ। ਇੰਨਾ ਔਖਾ ਹੋਇਆ ਪਿਆ ਵੀ ਘਰ ਦਾ ਖਰਚਾ ਚੱਕਣਾ ਬਹੁਤ ਔਖਾ ਹੋ ਗਿਆ, ਤੇਰੇ ਦੁੱਧ ਦੇ ਪੈਸੇ ਵੀ ਕਿੱਥੋਂ ਦੇਵਾਂਗੇ ਅਸੀਂ? ਤਾਂ ਹੀ ਕਹਿੰਦੇ ਸੀ ਵੀ ਬਸ ਦੁੱਧ ਬੰਦ ਕਰ ਦੇ, ਕੋਈ ਨਾ ਅਸੀਂ ਚਾਹ ਵੀ ਨਾ ਸਾਰ ਲਿਆ ਕਰਾਂਗੇ। ਉਹ ਲੈ ਭਾਬੀ, ਐਡੀ ਗੱਲ ਪਿੱਛੇ ਤੂੰ ਸੋਚਣ ਲੱਗ ਗਈ ਹੈ? ਆ ਪੈਸਿਆਂ ਪਿੱਛੇ, ਨਾਲੇ ਰਹੀ ਗੱਲ ਦੁੱਧ ਦੀ ਨਾ, ਜਿੰਨਾ ਟਾਈਮ ਆ ਬਾਈ ਦਾ ਕੇਸ ਚੱਲੂਗਾ, ਠੀਕ ਆ, ਮੈਂ ਦੁੱਧ ਤੁਹਾਨੂੰ ਸਮੇਂ ਤੁਹਾਨੂੰ ਫ੍ਰੀ ਦਿਊਂਗਾ, ਅਤੇ ਜੇ ਤੁਹਾਨੂੰ ਪੈਸਿਆਂ ਦੀ ਵੀ ਲੋੜ ਆ ਨਾ ਮੈਥੋਂ ਪੈਸੇ ਵੀ ਲੈ ਲਓ, ਇਨਸਾਨੀਅਤ ਤੌਰ 'ਤੇ ਪੈਸੇ ਵੀ ਦਿਊਂਗਾ, ਚਾਹੇ ਜੇ ਤੁਸੀਂ ਦੁੱਧ ਦੇ ਪੈਸੇ ਦੇਣੇ ਹੋਏ ਜੇ ਤੁਸੀਂ ਕੇਸ ਜਿੱਤ ਗਏ ਮੈਨੂੰ ਬਾਅਦ 'ਚ ਦੇ ਦਿਓ। ਨਾਲੇ ਤੂੰ ਕਿਉਂ ਐਵੇਂ ਪਰੇਸ਼ਾਨੀ ਝੱਲਦਾ ਹੈਂ? ਤੇਰੇ ਬਾਈ ਨੇ ਸਿੱਧਾ ਹੀ ਕਹਿਤਾ ਵੀ ਤੂੰ ਦੁੱਧ ਬੰਦ ਕਰ ਦੇ, ਕੋਈ ਨਾ ਰਹਿਣ ਦੇ ਤੂੰ। ਭਾਬੀ ਤੂੰ ਟੈਨਸ਼ਨ ਨਾ ਲੈ, ਉਹ ਨਾ ਮੈਂ ਆਪੇ ਐਡਜਸਟਮੈਂਟ ਕਰ ਲੂੰਗਾ, ਤੂੰ ਮੈਨੂੰ ਕਿੰਨੀ ਲੈ ਕੇ ਦੇ, ਮੈਂ ਕਿਹਾ ਫਿਲਹਾਲ ਦੁੱਧ ਪਾਵਾਂ। ਉਹ ਨਾਲੇ ਭਾਬੀ ਤੂੰ ਮੇਰੇ ਮਾਵਾਂ ਵਰਗੀ ਹੈਗੀ, ਨਾਲੇ ਕਹਿੰਦੇ ਹੁੰਦੇ ਜਿਹੜਾ ਬੰਦਾ ਮੁਸੀਬਤ 'ਚ ਹੋਵੇ ਨਾ, ਦੁੱਖ 'ਚ ਹੋਵੇ, ਉਹਦੇ ਨਾਲ ਖੜਨਾ ਐਦੂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੁੰਦਾ ਹੈਗਾ। ਵੀ ਉਹ ਤਾਂ ਠੀਕ ਆ, ਪਰ ਮੈਨੂੰ ਐਂ ਵੀ ਤੂੰ ਤਾਂ ਆਪ ਨਿਆਣਾ, ਜਿਹੜਾ ਸਾਨੂੰ ਦੁੱਧ ਪਾ ਕੇ ਜਾਇਆ ਕਰੇਗਾ ਫ੍ਰੀ 'ਚ, ਉਹੀ ਕਿਸੇ ਹੋਰ ਘਰ ਨੂੰ ਪਾ ਦਿਆ ਕਰੀ, ਆਪਦੀ ਚੀਜ਼ ਖਾ ਲਿਆ ਕਰੀ ਕੋਈ। ਉਹ ਭਾਬੀ ਜਿੰਨੇ ਵੀ ਬੰਦੇ ਮੇਰੇ ਕੋਲ ਦੁੱਧ ਲੱਗੇ ਹੋਏ ਨਾ, ਸਾਰੇ ਸਰਦੇ ਵਰਦੇ ਨੇ, ਹਰੇਕ ਮੈਨੂੰ ਪੈਸੇ ਦੇ ਦਿੰਦਾ, ਨਾਲੇ ਮੈਂ ਨਿਆਣਾ ਨਹੀਂ ਹੈਗਾ। ਮੈਂ ਦੁਨੀਆਦਾਰੀ ਦੇਖੀ ਆ, ਸਵੇਰੇ 4 ਵਜੇ ਦੁੱਧ ਚੱਕਦਾ ਮੈਂ, ਸ਼ਾਮ ਨੂੰ 8 ਵਜੇ ਘਰੇ ਵੜਦਾ, ਮੇਰੇ ਜਿੰਨੇ ਬੰਦੇ ਕਿਸੇ ਨੇ ਨਹੀਂ ਦੇਖੇ ਹੈਗੇ। ਤੂੰ ਟੈਨਸ਼ਨ ਨਾ ਲੈ, ਮੈਨੂੰ ਕੋਈ ਕੁਛ ਨਹੀਂ ਕਹਿੰਦਾ, ਮੈਂ ਪੈਸਿਆਂ ਦੀ ਆਪੇ ਐਡਜਸਟਮੈਂਟ ਕਰ ਲਿਆ ਕਰੂੰਗਾ, ਠੀਕ ਆ, ਅਤੇ ਫਿਲਹਾਲ ਤੂੰ ਬਾਈ ਕੋਲ ਵੀ ਗੱਲ ਨਾ ਕਰੀ। ਲੈ ਉਹਨੂੰ ਤਾਂ ਦੱਸਣਾ ਹੀ ਪੈਣਾ, ਤੈਨੂੰ ਪਤਾ ਹੈਗਾ ਤੇਰੇ ਬਾਈ ਦੇ ਸੁਭਾਅ ਦਾ। ਚੱਲ ਕੋਈ ਨਾ, ਜੇ ਤੂੰ ਨਹੀਂ ਰਹਿੰਦਾ ਤਾਂ ਦੁੱਧ ਪਾ ਜਾ,
ਪਰ ਕਦੇ ਇਹ ਨਾ ਸੋਚੀ ਵੀ ਤੇਰੇ ਪੈਸੇ ਨਹੀਂ ਮੋੜਨੇ। ਪੈਸੇ ਤੇਰੇ ਜਦੋਂ ਵੀ ਸਾਡੇ ਕੋਲ ਆਏ ਉਦੋਂ ਦੇ ਦਾਂਗੇ, ਠੀਕ ਆ? ਉਹ ਭਾਬੀ ਪੈਸਿਆਂ ਦੀ ਕੀ ਗੱਲ ਕਰਦੀ ਆ, ਹੁਣ ਇੰਨਾ ਮੈਂ ਤੈਨੂੰ ਸਮਝਾ ਕੇ ਹਟਾਂਗਾ, ਪੈਸੇ ਲਈ ਥੋੜੀ ਕਹਿਣਾਗਾ। ਜੇ ਮੈਂ ਪੈਸਿਆਂ ਨਾਲ ਹੀ ਵਰਤਣਾ ਹੁੰਦਾ ਤਾਂ ਮੈਂ ਪਹਿਲੀ ਦੁੱਧ ਦੇ ਪੈਸੇ ਲੈ ਲੈਂਦਾ, ਨਾਲੇ ਹੁਣ ਤੁਸੀਂ ਦੁੱਧ ਨਾ ਬੰਦ ਕਰੋ, ਠੀਕ ਆ? ਮੈਂ ਚੱਲਦਾਗਾ, ਮੋਟਰਸਾਈਕਲ ਬਾਰ ਕੇ ਖੜਾਗਾ, ਉਹ ਜੇ ਦੁੱਧ ਅੱਗੇ ਖਰਾਬ ਹੋ ਜੂਗਾ, ਖੱਟਾ ਹੋ ਜੂ, ਧੁੱਪੇ ਖੜਾਗਾ। ਚੱਲ ਚੰਗਾ, ਫਿਰ ਡੋਲੂ ਲੈ ਜਾ। ਹਾਂ ਰੀਤ, ਪਰ ਮੈਨੂੰ ਨਹੀਂ ਪਤਾ ਸੀ ਜਦੋਂ ਸਰਪੰਚ ਮੇਰੇ ਕੋਲ ਆਇਆ ਨਾ, ਜਦੋਂ ਤੇਰੀ ਵੀਡੀਓ ਦੇਖੀ, ਪਰ ਉਹ ਮੇਰਾ ਦਿਮਾਗ ਖਰਾਬ ਹੋ ਗਿਆ ਸੀ। ਮੈਂ ਮੈਥੋਂ ਤੂੰ ਓਲਾ ਰੱਖੀ ਜਾਂਦੀ ਸੀ, ਮੈਨੂੰ ਐਂ ਜਾਣ ਕੇ ਓਲਾ ਲੈ ਦੇ, ਕੋਈ ਗੱਲਬਾਤ ਹੈ। ਰੀਤ ਮੈਨੂੰ ਮਾਫ਼ ਕਰ ਦੇ, ਹੈਂ, ਮੈਨੂੰ ਨਹੀਂ ਪਤਾ ਸੀ। ਮਾਫ਼ੀ ਮੰਗਣੀ ਹੈ ਨਾ ਉਹਦੇ ਤੋਂ, ਵਿਚਾਰੇ ਤੋਂ ਮੰਗਿਓ, ਜਿਹੜਾ ਇੰਨੀ ਛੋਟੀ ਜਿਹੀ ਉਮਰ 'ਚ ਵੀ ਇੰਨਾ ਸਮਝਦਾਰ ਆ ਕਿ ਆਪਣਾ ਸਾਥ ਦਿੰਦਾ ਰਿਹਾ ਗਰੀਬੀ 'ਚ। ਪਰ ਕੀ ਕਰੇ, ਜਦੋਂ ਗਰੀਬੀ ਆ ਜਾਂਦੀ ਨਾ ਬੰਦੇ 'ਤੇ, ਦਿਮਾਗ ਨਾ ਹੋਰ ਪਾਸੇ ਲੱਗ ਜਾਂਦਾ। ਪਰ ਮੈਨੂੰ, ਮੈਂ ਸਮਝ ਗਿਆ ਬਈ ਮੇਰੇ ਕੋਲ ਪੈਸਾ ਹੈ ਨਹੀਂ, ਕੀ ਪਤਾ। ਸੀ ਸੋਚ ਵੀ ਕਿਵੇਂ ਲਿਆ, ਇੱਕ ਗੱਲ ਨੋਟ ਕੀਤੀ ਆ, ਕਦੇ ਸਰਪੰਚ ਨੇ ਆ ਕੇ ਆਪਾਂ ਨੂੰ ਮੈਸੇਜ ਪੁੱਛਿਆ ਕਿ ਤੁਹਾਡੇ ਘਰੇ ਆ ਚੀਜ਼ ਹੈਗੀ ਆ, ਜੇ ਕਿਸੇ ਦੀ ਲੋੜ ਆ ਕੋਈ ਚੀਜ਼ ਤੇ ਮੈਨੂੰ ਦੱਸ ਦਿਓ। ਕਦੇ ਕਿਹਾ ਵੀਡੀਓ ਬਣਾ ਕੇ ਇੱਕ ਮਿੰਟ 'ਚ ਦਿਖਾਉਣ ਆ ਗਿਆ, ਤੂੰ ਸ਼ਰਮ ਨਹੀਂ ਆਈ, ਉਹਦੀ ਧੀਆਂ ਵਰਗੀ ਆ। ਚੱਲ ਕੋਈ ਗੱਲ, ਤੂੰ ਫਿਕਰ ਨਾ ਕਰ, ਮੈਂ ਸਰਪੰਚ ਨੂੰ ਪੁੱਛੂਗਾ ਇਹ ਵੀਡੀਓ ਬਣਾਈ ਕਿਹਨੇ ਆ, ਹੈਂ, ਪਤਾ ਕਰ ਲੈਂਦੇ ਮੈਨੂੰ। ਫੇਰ ਪੁੱਛੂ ਤੇ ਮੇਰੇ ਸਾਲੇ ਨੂੰ ਵੀ ਸਾਡਾ ਸਾਡੇ ਜੀਆਂ 'ਚ ਤੂੰ ਫਰਕ ਪਵਾਈ ਜਾਂਦਾ। ਨਾਲੇ ਕਿਸ ਤੋਂ ਡਰਨ ਦੀ ਲੋੜ ਨਹੀਂ ਹੈਗੀ, ਅਗਲੇ ਦੀ ਗਰਦਨ ਤੇ ਬਹਿ ਜਾਈਦਾ ਹੁੰਦਾ ਤੇ ਬਾਕੀ ਆਪਾਂ ਦੋਨੇ ਜਣੇ ਇੱਕ ਦੂਜੇ ਦੇ ਨਾਲ ਆ। ਰੀਤ, ਤੂੰ ਕਹਿੰਦੀ ਹੁੰਦੀ ਸੀ ਵੀ ਆਪਾਂ ਦਾ ਮਾੜਾ ਨਹੀਂ ਹੁੰਦਾ। ਮਾੜਾ ਕਿਉਂ ਨਹੀਂ ਹੁੰਦਾ? ਕਿਉਂਕਿ ਆਪਾਂ ਕਿਸੇ ਦਾ ਮਾੜਾ ਨਹੀਂ ਸੋਚਦੇ। ਜੇ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਨਾ, ਫੇਰ ਮਾੜਾ ਹੋਊਗਾ, ਤੇ ਆਪਾਂ ਕਦੇ ਕਿਸੇ ਦਾ ਚੰਗਾ ਸੋਚਾਂਗੇ ਤੇ ਚੰਗਾ ਹੀ ਹੋਊਗਾ। ਤੂੰ ਤਾਂ ਉਹਦਾ ਚੰਗਾ ਹੀ ਸੋਚਿਆ ਸੀ ਵੀ ਉਹਦੀ ਧੀਆਂ ਭੁੱਖੀਆਂ ਮਾਰ ਰਹੀਆਂ ਸੀ, ਹਾਂ ਮਿਹਨਤਾਂ ਕਰ ਰਿਹਾ ਸੀ ਵੀ ਮੈਨੂੰ ਕੰਮ ਦਵਾ ਦਿਓ, ਕੰਮ ਦਵਾ। ਤੂੰ ਕੰਮ ਦਵਾਇਆ ਤੇ ਪਰ ਉਹਨੇ ਗਲਤ ਕੀਤਾ ਆਪਾਂ ਨਾਲ, ਪਰ ਪਰਮਾਤਮਾ ਤੇ ਦੇਖਦਾ ਨਾ, ਸ਼ੁਕਰ ਆ ਪਰਮਾਤਮਾ ਸਾਡਾ ਕੰਮ ਚਲਾਤਾ ਦੂਰੀ ਵਾਰ। ਪਰ ਜਿਹੜਾ ਆਪਣਾ ਮਾੜਾ ਕਰੂਗਾ ਨਾ, ਉਹਦਾ ਮਾੜਾ ਹੋਊ ਲਾਜ਼ਮੀ ਪੱਕਾ। ਇਹ ਤਾਂ ਹੈਗਾ, ਚੰਗਾ ਐਂ ਕਰੋ, ਨਾਲੇ ਡੱਬਾ ਫੜ ਲਿਓ ਆਪਾਂ ਮੱਥਾ ਟੇਕ ਕੇ ਨਾ, ਤੇ ਗੱਡੀ ਨੂੰ ਘਰੇ ਲਿਆਉਣ ਵਾਲੇ। ਚੱਲ ਲਿਆਉਣਾ ਮੈਂ, ਤੂੰ ਉਹਨੂੰ ਬੁਲਾ, ਕਿਨਾਂ ਨੂੰ, ਲੱਕੀ ਨੂੰ, ਠੀਕ ਆ? ਮੈਂ ਉਹਨੂੰ ਉਹਦੇ ਨਾਲ ਗੱਲ ਕਰ। ਕੀ ਆ, ਆ ਜਾਂਦੇ ਜਾਂਦੇ ਸਨੇਹਾ ਰਾਜ, ਨਾਲੇ ਦਾ ਮਨ ਵਿਚਾਰੇ ਦਾ ਖੁਸ਼ ਹੋ ਜਾਊਗਾ। ਹਾਂ ਚੱਲ, ਹਾਂ ਪਰ ਸ਼ੋ ਵੀ ਨਾ ਹੋਵੇਗੀ, ਤੁਸੀਂ ਸ਼ੱਕ ਕਰਦੇ ਹੋ ਕੀ? ਨਹੀਂ ਨਹੀਂ ਉਹ ਨਹੀਂ ਨਹੀਂ, ਪਰ ਉਹ ਸਰਪੰਚ ਨੇ ਨਾ ਵੀਡੀਓ ਦਿਖਾਈ, ਮੈਨੂੰ ਤਾਂ ਸ਼ੱਕ ਹੋ ਗਿਆ। ਪਰ ਤੂੰ ਮੈਨੂੰ ਦੱਸਿਆ ਨਹੀਂ ਨਾ, ਉਦੋਂ ਤੂੰ ਐਂ ਦੱਸ ਦਿੰਦੀ ਵੀ ਉਹ ਤੋਂ ਲੱਕੀ ਤੋਂ ਪੈਸੇ ਫੜੇ ਆ, ਫਿਰ ਇੰਨਾ ਰੌਲਾ ਨਹੀਂ ਪੈਂਦਾ ਸੀ। ਪਰ ਮੈਨੂੰ ਐਂ ਸੀ ਵੀ ਓਲਾ ਰੱਖਦੀ ਆ। ਨਹੀਂ ਨਹੀਂ ਓਲਾ ਤਾਂ ਮੈਂ ਤਾਂ ਰੱਖਦੀ। ਪਰ ਇੱਕ ਗੱਲ ਹੋਰ ਵੀ ਆ, ਆਪਦੇ ਘਰ ਵਾਲੇ ਤੋਂ ਕਦੇ ਵੀ ਓਲਾ ਨਾ ਰੱਖੋ, ਹੈ, ਜਿਹੜੀ ਗੱਲ ਹੁੰਦੀ ਨਾ ਉਹ ਦੱਸਣੀ ਚਾਹੀਦੀ ਹੈ। ਪਰ ਤੇਰੀ ਵੀ ਗਲਤੀ ਸੀ ਇਹ 'ਚ। ਹਾਂ ਮੈਂ ਮੰਨਦੀ ਹਾਂ ਮੇਰੀ ਗਲਤੀ ਸੀ, ਉਸ ਟਾਈਮ ਤੁਹਾਨੂੰ ਟੈਨਸ਼ਨ ਹੀ ਬਹੁਤ ਰਹਿੰਦੀ ਸੀ, ਮੈਨੂੰ ਐਂ ਹੋ ਗਿਆ ਵੀ ਚਲ ਛੱਡ ਕੀ ਦੱਸਣਾ, ਤਾਂ ਪਹਿਲੀ ਇੰਨੀ ਟੈਨਸ਼ਨ ਲੈ ਕੇ ਰੱਖ। ਉਹ ਨਹੀਂ ਨਹੀਂ, ਉਦੋਂ ਪਤਾ ਲੱਗ ਜਾਂਦਾ। ਪਰ ਤੂੰ ਝੂਠ ਬੋਲਿਆ ਤੇ ਉਧਰ ਉਹਨੇ ਝੂਠ ਦੱਸਿਆ, ਪਰ ਉਹ ਗੱਲ ਜੱਚ ਗਈ ਮੇਰੇ। ਚੱਲ ਪਰਮਾਤਮਾ ਸ਼ੁਕਰ ਆ ਜੇ ਗੱਲ ਦਾ ਪਤਾ ਲੱਗ ਗਿਆ, ਨਹੀਂ ਤਾਂ ਮੈਥੋਂ ਬਹੁਤ ਵੱਡਾ ਗਲਤ ਫੈਸਲਾ ਹੋ ਜਾਣਾ ਸੀ। ਚੱਲ ਮੈਂ ਡੱਬਾ ਲਿਆਉਣਾ ਤੇ ਨਾਲੇ ਉਹ ਕਿਲੇ ਮੇਰਾ ਸਾਲਾ, ਤੂੰ ਚੰਨੀ ਦੀ ਗੱਡੀ ਤੋਂ ਕੀ ਲੈਣਾ ਸੀ, ਤੂੰ ਸਾਈਡ ਲਗਾ ਲੈਂਦਾ, ਦਾਰੂ ਦੂਰੂ ਤਾਂ ਨਹੀਂ ਪੀਤੀ ਵੀ? ਅੱਛਾ ਲਤੜੇ ਗਿਆ ਮੁੰਡਾ, ਮਰ ਗਿਆ ਉਹ ਕਿਹੜੇ ਥਾਣੇ ਚ? ਸਦਰ ਚ, ਮਾਨਸਾ।
ਚੱਲ ਠੀਕ ਆ ਮੈਂ ਉਹਨਾਂ ਕਰਦਾ ਹੱਲ, ਤੂੰ ਨਾ ਸੁਧਰੀ। ਮੇਰੀ ਗੱਲ ਸੁਣੋ, ਹਾਏ ਹਾਏ ਇੰਨੀ ਗਰਮੀ ਸੀ ਰਸੋਈ ਚ, ਮੇਰੀ ਗੱਲ ਸੁਣੋ, ਸਰਪੰਚ ਨੂੰ ਫੋਨ ਲਾਇਆ ਤੁਸੀਂ? ਆਊਗਾ ਸਰਪੰਚ? ਕਿਹੜਾ ਸਰਪੰਚ, ਮਾਂਜੇ ਗਏ 20 ਲੱਖ ਰੁਪਇਆ ਲਾਉਣ ਨੂੰ ਥਾਂ ਹੋ ਗਿਆ। ਮਾਂਜੇ ਗਏ 20 ਲੱਖ? ਮੇਰੀ ਗੱਲ ਸੁਣੋ, ਐਵੇਂ ਨਾ ਰੋ ਪਿੱਟੋ, ਨਹੀਂ ਕੱਪੜੇ ਕੁਪੜੇ ਲਿਆ ਕੇ ਦੇਣੇ ਮੈਨੂੰ, ਨਾ ਲਿਆ ਕੇ ਦਿਓ। ਓਏ ਆਪਣੇ ਗੱਡੀ ਵਾਲੇ ਡਰਾਈਵਰ ਤੋਂ ਬੰਦਾ ਮਿੱਧਿਆ ਗਿਆ, ਸਾਈਕਲ ਤੇ ਜਾਂਦਾ ਸੀ, ਕਹਿੰਦਾ ਚੰਨੀ ਦੀ ਗੱਡੀ ਵੱਲ ਧਿਆਨ ਹੋ ਗਿਆ, ਸਦਰ ਥਾਣੇ ਵਾਲੇ ਬੁਲਾਈ ਜਾਂਦੇ ਆ। ਬੰਦਾ ਮਿੱਧਿਆ ਗਿਆ? ਲੈ ਕੋਈ ਨਾ ਛੱਡੀ ਜਾਇਆ ਕਰ, ਤੂੰ ਕਿਹਦੇ ਨਾਲ ਫੋਨ ਆਇਆ ਸੀਗਾ ਦੱਸ। ਆ ਡਰਾਈਵਰ ਦਾ ਉੱਤੇ ਨੰਬਰ ਪਿਆ। ਲੈ ਹਾਏ ਕਿਵੇਂ, ਹੈਲੋ, ਹਾਂ ਬਾਈ, ਹਾਏ ਮੈਂ ਮਰ ਜਾ, ਮੈਂ ਪਲੇਟ ਦੇ ਜਾਣਾ, ਤੇਰਾ ਧਿਆਨ ਕਿੱਥੇ ਸੀ? ਅੱਛਾ ਹਾਏ ਬੇ ਮਾਲ ਤੇ ਜਮਾ, ਤੂੰ ਤਾਂ ਬੇ ਪੱਟੀ ਮੇਸ ਕਰਤੀ, ਕਿਸੇ ਪਾਸੇ ਦੇ ਨਹੀਂ ਛੱਡਿਆ ਕੰਜਰਾ ਤੂੰ। ਹਾਏ ਰੱਬਾ, ਹੁਣ ਦੱਸ ਕੀ ਕਰੀਏ, ਉਹ ਤਾਂ ਕਹਿੰਦਾ ਉਹਦਾ ਪਰਿਵਾਰ ਆ ਗਿਆ। ਹਾਏ ਰੱਬਾ, ਮੈਨੂੰ ਲੱਗਦਾ ਮੈਨੂੰ ਠਾਣੇ ਜਾਣਾ ਪਊ। 20 ਲੱਖ ਰੁਪਇਆ, ਹਾਏ ਸਾਰੇ ਜਾਣਗੇ ਜਿੰਨੇ ਪਏ ਆ ਬੈਂਕ ਚ। ਹਾਏ ਬੈਂਕ ਚ ਕਿਹੜੇ ਆ, ਗੱਡੀ ਵੀ ਜਾਊ, ਇਹ ਤਾਂ ਬੰਦਿਆਂ ਨੂੰ ਦੇਣੇ ਪੈਣਗੇ, ਗੱਡੀ ਦੀ ਜ਼ਮਾਨਤ 5-4 ਲੱਖ ਲਾ ਕੇ ਅੱਡ ਕਰਾਉਣੀ ਪਊ। ਹਾਏ ਰੱਬਾ, ਕੀ ਕਹਿਣੇ ਕਰਾਂਗੇ, ਗੱਡੀ ਵੇਚਾਂਗੇ, ਗੱਡੀ ਨਾ ਵੇਚੀ, ਜੰਮੀ ਇੱਜ਼ਤ ਮਿੱਟੀ ਚ ਰੁਲ ਜੂਗੀ, ਚੰਨੀ ਤਾਂ ਨਾ ਮੁੱਛਾਂ ਤੇ ਫਿਰ ਫਿਰ ਰੰਗਿਆ ਕਰੂਗਾ। ਹਾਏ ਚੱਲ ਮੈਂ ਜਾ ਕੇ ਥਾਣੇ ਦੇਖਾਂ। ਹਾਏ ਕਿਸੇ ਦਾ ਬੁਰਾ ਕਰਦੇ ਕਰਦੇ, ਮੈਂ ਤਾਂ ਸੋਚ ਰਹੀ ਸੀ ਉਹਨੂੰ ਜਾੜੂ ਆਪ ਹੀ ਉੱਜੜ ਗਏ। ਹਾਏ ਪਤਾ ਨੀ ਕਿਹੜੇ ਮੋਤੀ ਪੁੰਨ ਕੀਤੇ ਹੋਣਗੇ ਉਹਨਾਂ ਨੇ। ਮਰ ਜਾ, ਮੈਂ ਜਾ ਕੇ ਆਉਣਾ, ਕੋਈ ਨਾ। ਪੁੰਨ ਕੇ ਤਾਂ ਨੀ ਸੀ ਬੀਜਿਆ ਤੂੰ? ਮੈਂ ਤਾਂ ਬੀਜਿਆ ਨੀ ਸੀ। ਹਾਏ ਰੱਬਾ, ਸੱਚੀ ਪਤਾ ਨੀ ਕਿਹੜੇ ਮੰਦਰ ਮਸੀਤ ਜਾਂਦੇ ਹੋਣਗੇ, ਕਿਹੜੀ ਦੇਵੀ ਨੂੰ ਮੰਨਦੇ ਹੋਣਗੇ। ਹਾਏ ਬਾਬਾ। ਹਾਂ ਭਾਬੀ, ਬਾਈ ਨੇ ਬੁਲਾਇਆ ਸੀਗਾ। ਅੱਛਾ, ਗਿਆ ਨੀ ਅੱਜ ਵੀ? ਬਸ ਹੁਣ ਕੰਮ ਚੱਲ ਪਿਆ ਆਪਣਾ, ਜਾਇਆ ਹੀ ਕਰੂਗਾ। ਅੱਛਾ ਅੱਛਾ, ਫੇਰ ਤਾਂ ਬਹੁਤ ਵਧੀਆ ਜੀ, ਕੰਮ ਚੱਲ ਪਿਆ। ਆਇਆ ਲੱਗੀ ਆਇਆ। ਹੋਰ ਜੰਨੀ ਠੀਕ ਆ ਬਾਈ? ਇਹ ਚਾਹ ਬਣਾਵਾ? ਹਾਂ ਚਾਹ ਵੀ ਬਣਾ, ਤੇ ਨਾਲੇ ਕਿਹੜਾ ਡੱਬਾ ਲਿਆਂਦਾ, ਇਹਦਾ ਮੂੰਹ ਮਿੱਠਾ ਕਰਾ ਨਾਲੇ। ਹਾਂ ਭਾਬੀ ਜੀ ਕਹਿੰਦੇ ਕੰਮ ਚੱਲ ਪਿਆ। ਅੱਛਾ ਉਹ ਹੋ ਗਿਆ ਕਿਸੇ ਦਾ ਕੰਮ ਸ਼ੁੱਧ? ਉਹ ਸਾਰਾ ਕੁਝ ਸ਼ੁੱਧ ਹੋ ਗਿਆ, ਪਰ ਕਿਰਪਾ ਤੇਰੀ ਹੋਈ ਆ, ਕਿਉਂ ਸਾਡੇ ਕੋਲ ਤੇ 1 ਰੁਪਇਆ ਹੈ ਨਹੀਂ ਸੀ ਹੈ ਸਮਾਨ ਲਿਆਉਣ ਵਾਸਤੇ। ਚੰਨੀ ਮੇਰੀ ਕਾਹਦੀ ਕਿਰਪਾ ਹੋਈ ਆ ਯਾਰ, ਮੇਰੀ ਕੋਈ ਕਿਰਪਾ ਨਹੀਂ ਹੋਈ, ਇਹ ਤਾਂ ਤੂੰ ਪਰਮਾਤਮਾ ਦਾ ਸ਼ੁਕਰ ਕਰਿਆ ਕਰ, ਜੇ ਪਰਮਾਤਮਾ ਨੇ ਬੰਦੇ ਬਣਾਏ ਆ ਤਾਂ ਹੀ ਤਾਂ ਇੱਕ ਦੂਜੇ ਦੇ ਕੰਮ ਆ ਰਹੇ ਆ। ਉਹ ਤੇਰੀ ਗੱਲ ਠੀਕ ਆ, ਪਰਮਾਤਮਾ ਵੀ ਨਾ ਕਿਸੇ ਦੇ ਬੰਦੇ ਅੰਦਰ ਵੱਸਦਾ ਫਿਰ ਹੱਲ ਹੁੰਦਾ। ਉਹ ਤੇ ਦੇਖ ਮੇਰੇ ਨਾਲ ਰਿਸ਼ਤੇਦਾਰ ਖੜੇ ਨਾਲ, ਨਾ ਮੇਰੇ ਦੋਸਤ ਖੜੇ, ਸਾਰੇ ਜਵਾਬ ਦੇ ਗਰੀਬੀ ਚ, ਉਹ ਗਰੀਬੀ ਪੈ ਗਈ ਸੀ ਇੱਕ ਤਰ੍ਹਾਂ ਦੀ, ਪਰ ਤੂੰ ਸਾਥ ਦਿੱਤਾ ਹੈ, ਤੇਰਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਉਹ ਤੇਰਾ ਧੰਨਵਾਦ ਕਰਨ ਵਾਸਤੇ ਤੈਨੂੰ ਬੁਲਾਇਆ ਸੀ ਸਪੈਸ਼ਲ। ਗੱਲ ਤਾਂ ਉਹੀ ਹੈ ਚੰਨੀ, ਮੈਂ ਕਿਸੇ ਦੇ ਮੂਹਰੇ ਸ਼ੋਅ ਨਹੀਂ ਕਰਦਾ ਵੀ ਮੈਂ ਕਿਸੇ ਦਾ ਪੁੰਨ ਕਰ ਰਿਹਾ, ਮੈਂ ਤਾਂ ਗਊ ਮਾਤਾ ਦਾ ਪੇੜਾ ਨਾ ਅੰਦਰ ਵੜ ਕੇ ਪਾਉਣਾ ਵੀ ਲੋਕਾਂ ਨੂੰ ਦਿਖੇ ਨਾ, ਲੋਕਾਂ ਨੂੰ ਲੱਗਦਾ ਖਰੇ ਇਹ ਵੀ ਕਿਸੇ ਪੁੰਨ ਵਾਲਾ ਨਹੀਂ ਕਰਦੇਗਾ, ਜਿਹੜਾ ਗੁਪਤ ਦਾ ਨਾ ਸਭ ਤੋਂ ਵੱਡਾ ਕਲੈਣ ਆ, ਇਹਦੇ ਤਾਂ ਹੁੰਦੇ ਆ। ਹਾਂ ਆਹ ਤੇਰੀ ਗੱਲ ਬਹੁਤ ਸਿਆਣੀ ਆ, ਹੁਣ ਮੈਂ ਵੀ ਬਹੁਤ ਪੁੰਨ ਕੀਤਾ ਸੀ, ਮੈਂ ਵੀ ਸਾਰਿਆਂ ਨਾਲ ਚੰਗਾ ਹੀ ਕਰਦਾ ਹੁੰਦਾ ਸੀ, ਪਰ ਰੱਬ ਨੇ ਮੇਰਾ ਚੰਗਾ ਹੀ ਕੀਤਾ, ਪਰ ਤਕਲੀਫ ਤਾਂ ਆ ਜਾਂਦੀ ਹੁੰਦੀ ਹੈ 1-2 ਮਹੀਨੇ ਦੀ, ਪਰ ਹੌਸਲਾ ਨਹੀਂ ਛੱਡਣਾ ਚਾਹੀਦਾ ਬੰਦੇ ਨੂੰ ਹੈ, ਮੈਂ ਅਸੀਂ ਦੋਨਾਂ ਨੇ ਜੀਆਂ ਨੇ ਹੌਸਲਾ ਨਹੀਂ ਛੱਡਿਆ, ਪਰ ਪਰਮਾਤਮਾ ਨੇ ਸਾਡੀ ਚੰਗੀ ਸੁਣ ਲਈ, ਜਿਹੜਾ ਮਾੜਾ ਕਰੂਗਾ ਸਾਡਾ ਮਾੜਾ ਆਪ ਹੀ ਹੋਜੂ ਉਹਦਾ। ਪਰਮਾਤਮਾ ਨਾਲ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਹੁਣ ਜਿਵੇਂ ਤੂੰ ਆ, ਤੂੰ ਕਹਿਣਾ ਮੇਰੇ ਤੇ ਇੰਨੀ ਬਿਪਤਾ ਪਾਤੀ ਤੇ ਹੁਣ ਤੂੰ ਜਿੱਤ ਵੀ ਗਿਆ,
ਤੈਨੂੰ ਪਰਮਾਤਮਾ ਨੇ ਤੇਰੇ ਮੂਹਰੇ ਛਾਨਣੀ ਲਾਈ ਆ ਕਿ ਕਿਹੜੇ ਬੰਦੇ ਤੇਰੇ ਨਾਲ ਖੜਨਗੇ ਨੇੜੇ ਨਹੀਂ ਫੜਨਗੇ। ਤੇਰੇ ਨਾਲ ਕੰਮ ਵੀ ਨਾ ਹੁੰਦਾ ਤੈਨੂੰ ਕੀ ਪਤਾ ਲੱਗਦਾ ਕੌਣ ਖੜੂਗਾ ਕਿ ਨਾ, ਕਿਉਂਕਿ ਜਦੋਂ ਮੇਰੇ ਕੋਲ ਪੈਸੇ ਸੀ ਮੈਂ ਸਾਰਿਆਂ ਨੂੰ ਵੰਡੀ ਜਾਂਦਾ ਸੀ। ਇਸ ਗੱਲ ਹੋਈ ਆ ਮੁਸੀਬਤ ਪਤਾ ਤਾਂ ਉਦੋਂ ਲੱਗਦਾ, ਕਹਿੰਦੇ ਮੁਸੀਬਤ ਦੇ ਬੰਦੇ ਦੇ ਪਰਖ ਕਰਨੀ ਹੋਵੇ ਤਾਂ ਮੁਸੀਬਤ ਦੀ ਪਰਖ ਹੁੰਦੀ ਹੈ ਜਾਂ ਗਰੀਬੀ ਚ ਪਰਖ ਹੁੰਦੀ ਹੈਗਾ। ਤੇ ਨਾਲੇ ਮੈਂ ਚਾਹ ਬਣਾਵਾਂ ਨਾਲੇ ਡੱਬਾ ਖਾਣੇ ਆਪਾਂ, ਹਾਂ ਤੇ ਨਾਲੇ ਨਾ ਆਪਾਂ ਲੱਕੀ ਦਾ ਸਾਰਾ ਹਿਸਾਬ ਕਰ ਲਈਏ। ਆਪਣੇ ਨੌਰੇ ਚ ਮੈਂ ਵਿਕਾਊਗਾ ਇੱਕ 60,000 ਦੀ ਬਣ ਜੂਗੀ, 7-8 ਕਿਲੋ ਦੁੱਧ ਹੈਗਾ ਠੀਕ ਹੈ, ਡੈਡੀ ਨਾਲ ਗੱਲ ਕਰਕੇ ਉਹ ਲਿਆ ਮੈਨੂੰ ਤਾਂ ਦੁੱਧ ਪਾਈ ਚੱਲ ਲੱਕੀ। ਉਹ ਮੈਂ ਕਿਤੇ ਮੈਂ ਸਾਬਣਾ ਨਾ ਸਾਡੇ ਥਾਂ ਤੈਨੂੰ ਹੈ ਤੈਨੂੰ ਪਤਾ ਥਾਂ ਵੀ ਹੈ ਨੀ, ਨਾ ਇਹ ਕੰਮ ਕਰੀਏ ਥੋੜਾ ਬਹੁਤ ਘੱਟ ਬੋਲਦੇ ਸੀਗੇ। ਮੈਂ ਇਸੇ ਗੱਲੋਂ ਚੱਲਦਾ ਸੀ, ਮੈਂ ਵੀ ਭਾਬੀ ਨੂੰ ਕਿਹਾ ਹੋਇਆ ਸੀਗਾ, ਮੈਂ ਕਿਹਾ ਬਾਲਾ ਬਾਈ ਹੁੰਦੇ ਬੁਲਾਇਆ ਮੈਂ ਕਰ, ਮੈਨੂੰ ਪਤਾ ਸੀ ਜੇ ਤੂੰ ਲੜ ਪੈ ਨਾ ਮਾੜੀ ਜੀ ਗੱਲ ਦੀ ਇੱਧਰ ਉੱਧਰ ਕਰਾਉਂਦੇ ਆ, ਬਣਾ ਗੱਲ ਛੋਟੀ ਹੁੰਦੀ ਆ ਵਧਾ ਕੇ ਗੱਲ ਕਰ ਦਿੰਦੇ ਆ, ਬਸ ਉਹ ਘਰ ਪੱਟਿਆ ਜਾਂਦਾ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਕਿਵੇਂ ਦੀ ਲੱਗੀ ਵੀਡੀਓ, ਵਧੀਆ ਲੱਗੀ ਤੇ ਕਮੈਂਟ ਕਰਨਾ। ਇਹ ਚ ਮੈਸੇਜ ਇਹੀ ਆ ਵੀ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਤੇ ਸਬਰ ਰੱਖਿਆ ਕਰੋ, ਕਿਉਂ ਪਰਮਾਤਮਾ ਗਰੀਬੀ ਵੀ ਦਊਗਾ ਅਮੀਰੀ ਵੀ ਦਊਗਾ, ਜੇ ਧੁੱਪਾ ਤੇ ਛਾਂ ਵੀ ਆਊਗੀ। ਐ ਨਾ ਸਮਝਿਆ ਕਰੋ ਜੇ ਪਰਮਾਤਮਾ ਨੇ ਸਾਡੇ ਤੇ ਮੁਸੀਬਤ ਪਾਤੀ ਤੇ ਬੜਾ ਦੁੱਖ ਦੁੱਖ ਨਹੀਂ ਬਣਾਉਣਾ ਚਾਹੀਦਾ, ਕਿ ਮੁਸੀਬਤ ਮਾੜੀ ਮੋਟੀ ਪੈਣੀ ਚਾਹੀਦੀ ਹੈ। ਉਹਦੇ ਨਾਲ ਲੋਕ ਪਰਖੇ ਜਾਂਦੇ ਆ ਕਿਹੜੇ ਚੰਗੇ ਆ ਕਿਹੜੇ ਮਾੜੇ ਆ, ਮਾੜੇ ਟਾਈਮ ਚ ਪਤਾ ਲੱਗਦਾ ਹੁੰਦਾ ਬੰਦਿਆਂ ਦਾ। ਤੇ ਰੱਬ ਦਾ ਸ਼ੁਕਰ ਕਰਿਆ ਕਰੋ ਤੇ ਨਾਮ ਜਪਿਆ ਕਰੋ, ਸਵੇਰੇ ਵੀ ਜਪਿਆ ਕਰੋ ਸ਼ਾਮ ਨੂੰ ਜਪਿਆ ਕਰੋ, ਜਿੰਨਾ ਪਰਮਾਤਮਾ ਦਿੱਤਾ ਉਹ ਤੇ ਸਬਰ ਕਰਿਆ ਕਰੋ ਤੇ ਲਾਲਚ ਨਾ ਕਰਿਆ ਕਰੋ ਤੇ ਕਿਸੇ ਦਾ ਮਾੜਾ ਨਾ ਸੋਚਿਆ ਕਰੋ। ਜੇ ਅੱਜ ਕੱਲ ਕਿਸੇ ਦਾ ਆਪਾਂ ਮਾੜਾ ਸੋਚਾਂਗੇ ਤੇ ਮਾੜਾ ਹੀ ਹੋਊਗਾ, ਜੇ ਤੁਸੀਂ ਚੰਗਾ ਸੋਚੋਗੇ ਤੇ ਚੰਗਾ ਹੀ ਹੋਊਗਾ। ਤੇ ਸਾਰਿਆਂ ਦਾ ਧੰਨਵਾਦ। ਧੰਨਵਾਦ ਜੀ। ਤੂੰ ਲੱਕੀ ਕਹਿੰਦਾ ਸਾਡੀ ਕੋਈ ਗੱਲ ਦੱਸ ਬਈ। ਉਹ ਮੈਂ ਤਾਂ ਹੀ ਕਹਿੰਦਾ ਸੀ, ਉਹ ਸੱਚ ਸਿਆਣੇ ਕਹਿੰਦੇ ਨੇ, ਕਹਿੰਦੇ ਵੀ 3 ਚੀਜ਼ਾਂ ਕਦੇ ਨਾ ਭੁੱਲੋ, ਇੱਕ ਤਾਂ ਜਿਹਨੇ ਮੁਸੀਬਤ ਚ ਪਾਇਆ ਹੋਵੇ, ਇੱਕ ਜਿਹੜਾ ਮੁਸੀਬਤ ਚ ਖੜਿਆ ਹੋਵੇ, ਇੱਕ ਜਿਹੜਾ ਮੁਸੀਬਤ ਚ ਨਾ ਖੜਿਆ ਹੋਵੇ। ਇਹਨਾਂ ਤਿੰਨਾਂ ਬੰਦਿਆਂ ਨੂੰ ਯਾਦ ਰੱਖੋ, ਬਸ ਇਹੀ ਸਿਖਾਉਂਦਾ। ਕਿਸੇ ਤੇ ਸ਼ੱਕ ਵੀ ਨਾ ਕਰਿਆ। ਹਾਂ ਪਰ ਇਹ ਗੱਲ ਹੈਗੀ ਆ, ਆਪਦੇ ਜੀਆਂ ਤੇ ਬਹੁਤ ਘੱਟ ਸ਼ੱਕ ਕਰਿਆ ਕਰੋ, ਕਿਸੇ ਦੀ ਗਲਤ ਯਕੀਨ ਨਾ ਕਰਿਆ ਕਰੋ ਜਿੰਨਾ ਚਿਰ ਆਪ ਅੱਖੀ ਨਾ ਦੇਖਿਓ। ਕਈ ਵਾਰ ਅੱਖੀਆਂ ਚ ਵੀ ਘਾਟਾ ਪਾ ਜਾਂਦੇ ਨੇ, ਪਰ ਅੱਜ ਕੱਲ ਮਾਹੌਲ ਬਹੁਤ ਖਰਾਬ ਚੱਲੇ, ਮਾੜੇ ਬਚਤੀ ਰੱਖਿਆ ਕਰੋ। ਜਦੋਂ ਕੋਈ ਰੱਜ ਕੇ ਖਾਂਦਾ ਹੁੰਦਾ ਲੋਕ ਉਹਨੂੰ ਜਰਦੇ ਨਹੀਂ ਹੁੰਦੇ, ਇਹ ਗੱਲ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ, ਪਰ ਆਪਾਂ ਫਿਰ ਵੀ ਸੁਣ ਲੈਂਦੇ ਲੋਕਾਂ ਦੀਆਂ। ਅੱਲਾ ਕੋਲੇ ਕਮੈਂਟ ਬੋਲਦੇ ਆ ਬਾਈਆਂ ਦੇ, ਅਸੀਂ ਜਿਹੜੇ ਸਾਡੇ ਵੀਰ ਕਮੈਂਟ ਕਰਦੇ ਆ, ਸਰਬਨ ਦਾਸ ਮਹਿਤਾ, ਭੋਲਾ ਗਿੱਲ, ਮੋਰ ਗਿੱਲ, ਮੋਹਰ ਸਿੰਘ ਵਾਲਾ ਤੇ ਹਰਵਿੰਦਰ ਸਿੰਘ, ਡਾਕਟਰ ਸੁਖਰਾਜ ਸਿੰਘ ਤੇ ਸੁਖਰਾਜ ਸੋਮਨਾਥ, ਸੋਮਨਾਥ ਤੇ ਹੋਰ ਕਿਹੜਾ ਸੀ, ਸਰਬਨ ਦਾਸ ਮਹਿਤਾ ਤਾਂ ਹੋ ਗਿਆ ਹਨਾ। ਹਾਂ ਤੇ ਕਹਿੰਦਾ ਦੋ ਉਹ ਜੀ ਵੀਡੀਓ ਦੋਸਤੋ ਆਪਣੀ ਇਸੇ ਤਰ੍ਹਾਂ ਲਗਾਤਾਰ ਵਧੀਆ ਪਰਿਵਾਰ ਚ ਬੈਠਣ ਵਾਲੀ ਤੁਹਾਨੂੰ ਆਉਂਦੀਆਂ ਰਹਿਣਗੀਆਂ। ਤੇ ਮਨਜੀਤ ਕੌਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਹਰ ਵੀਡੀਓ ਤੇ ਸਾਨੂੰ ਕਮੈਂਟ ਕਰਦੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਮਨਜੀਤ ਕੌਰ ਜੀ ਦਾ, ਸਤਵਿੰਦਰ ਕੌਰ, ਸਤਵਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
ਕਮੈਂਟ ਵੱਧ ਤੋਂ ਵੱਧ ਕਰਿਆ ਕਰੋ, ਕਮੈਂਟ ਬਹੁਤ ਘੱਟ ਆਉਂਦੇ ਤੁਹਾਡੇ ਅਤੇ ਸਾਡੀਆਂ ਵੀਡੀਓ ਬਹੁਤ ਘੱਟ ਦੇਖਦੇ ਹੋ, ਤੁਸੀਂ ਵੀਡੀਓ ਵੱਧ ਵੱਧ ਦੇਖਿਆ ਕਰੋ। ਅਤੇ ਹਰਵਿੰਦਰ ਸਿੰਘ ਅਤੇ ਹਰਜੀਤ ਕੌਰ ਤੁਹਾਡਾ ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਕਮੈਂਟ ਕਰਿਆ ਕਰੋ ਅਤੇ ਤੁਹਾਡਾ ਨਾਮ ਬੋਲਿਆ ਕਰਾਂਗੇ। ਸਾਰਿਆਂ ਦਾ ਧੰਨਵਾਦ।